सिमरिय गुरु तेग बहादुर सिमरिय तेग बहादुर सिमरिय गुरु तेग बहादुर सिमरिय गुरु तेग बहादुर सिमरिय गुरु तेग बहादुर सिमरिय करनौन देव साए सब थाई होए सहाए तेग बहादुर सिमरिय एक बहादुर सिमरिया कारनाओं ने दिया है साए साब थाई होए सहाए गुरु तेग बहादुर सिमरिया गुरु तेग बहादुर सिमरिया कारनाओं ने दिया है साए साब थाई होए सहाए गुरु तेग बहादुर सिमरिया गुरु तेग बहादुर सिमरिया नया के जगत नो तारिया आके जगत नो तारिया आके जगत नो तारिया नया के 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 जगत नो तारिया बल बल जाइए गुरां तो नया के जगत नो तारिया मेरी नमस्कार नानो के जगत नो तारिया बल बल जाइए गुरानो नया के जगत नो तारिया मेरी नमस्कार बल बल जाइए गुरे जगत नो तार बल बल जाइए गुरा तो बल बल जाइए नमस्कार ऐसे गुरु को बल बल जाइए आप सत नमस्कार तन तन श्री गुरु ग्रंथ साहिब महाराज जी दी पावन पवित्र हाजर हजूरी विच तन तन गुरु तेग बहादुर साहिब महाराज जी दा 400 साल मनाउण वास्ते महापुरशां दे पावन स्थान गुरद्वारा किरपालपुर साहब जिथे आप जी नतमस्तक हो रहे हो आओ सब तो पहला दोवें हाथ जोड़ो भाई हाथ जोड़े खाली नहीं जाणगे गुरु साहब अगे सीस झुकाओ थां थां ते झुकना नहीं पएगा गुरु उच्चियां कर दिंदा जिहड़ा झुकना जाणदे उहनां नूं गुरु उच्चियां कर दिंदा जेड़ा नीवा होना जानता है उन्हें गुरु उच्चा कर देता है नीचों ऊच करे मेरा गोबिंद गोबिंद आओ सतगुरु जी दे चरणा विच निविए निविए भी इस तरह महाराज सब ते वड्डा सतगुरु नानक तेरे तो वड्डा होर कोई नहीं रसना पवित्र करो भाई दोवें हाथ जोड़ो सारे आखो जी वाहे गुरु जी का खालसा वाहे गुरु जी की फतेह दुनिया ते वारी वारी सिर ड्यूटी लगती है रब दे प्यारियां दी जाओ भाई संसार ते जाके ये लोग भुल गए ने परमेश्वर दे नाम नू जाके नाम जपाओ
ਇਹ ਸਾਰਿਆਂ ਦੀ ਡਿਊਟੀ ਨਹੀਂ ਹੁੰਦੀ, ਭਾਵੇਂ ਚੋਲਾ ਮੈਂ ਵੀ ਪਾਇਆ ਹੈ, ਢੋਲਕੀ ਚਿਮਟੇ ਵਾਲਿਆਂ ਨੇ ਵੀ ਪਾਇਆ ਹੈ, ਪਰ ਸਭ ਦੀ ਆਪਣੀ ਡਿਊਟੀ ਹੈ। ਪਰ ਉਹਨਾਂ ਦੀ ਜਿਹੜੀ ਡਿਊਟੀ ਹੈ ਨਾ ਰੱਬ ਦੇ ਪਿਆਰਿਆਂ ਦੀ, ਸਾਧ ਸੰਗਤ ਚੋਲਾ ਉਹਨਾਂ ਨੇ ਵੀ ਪਾਇਆ ਹੈ, ਪਰ ਉਹਨਾਂ ਦੀ ਡਿਊਟੀ ਹੈ ਆਪ ਨਾਮ ਜਪਣਾ ਤੇ ਦੂਜਿਆਂ ਨੂੰ ਨਾਮ ਜਪਾਉਣਾ। ਐਸੇ ਮਹਾਂਪੁਰਸ਼ ਜਿਨ੍ਹਾਂ ਨੇ ਜਿਉਂਦਿਆਂ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਅੱਜ ਭਾਵੇਂ ਸਰੀਰ ਸਾਡੇ ਕੋਲ ਨਹੀਂ ਹੈ, ਅੱਜ ਵੀ ਉਹਨਾਂ ਦਾ ਉਪਦੇਸ਼, ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ, ਅੱਜ ਵੀ ਉਹਨਾਂ ਦਾ ਉਪਦੇਸ਼, ਉਹਨਾਂ ਦੀ ਯਾਦ ਸਾਨੂੰ ਗੁਰੂ ਦੇ ਚਰਨਾਂ ਨਾਲ ਜੋੜ ਰਹੀ ਹੈ। ਗੁਰੂ ਨਾਨਕ ਸਾਹਿਬ ਦਾ ਧਿਆਨ ਧਰੋ, ਚਾਹੁੰਦਾ ਮੈਂ ਇਹ ਹਾਂ ਵੀ ਤੁਸੀਂ ਇੱਕ ਵਾਰੀ ਸਾਰੇ ਆਖੋ ਸਤਨਾਮ। ਗੁਰੂ ਸਾਹਿਬ ਜੀ ਇੱਕ ਤਲਾਅ ਦੇ ਕੰਢੇ ਬੈਠੇ ਨੇ, ਕਾਫੀ ਦੇਰ ਹੋ ਗਿਆ ਉਹ ਸਰੋਵਰ ਨੂੰ ਦੇਖੀ ਜਾ ਰਹੇ ਨੇ। ਭਾਈ ਮਰਦਾਨੇ ਨੇ ਪੁੱਛਿਆ, ਮਹਾਰਾਜ ਜੀ ਕੀ ਦੇਖਦੇ ਹੋ, ਤੁਹਾਨੂੰ ਇਹ ਸਰੋਵਰ ਕੀ, ਇਹਦੇ ਵਿੱਚੋਂ ਖਾਸ ਕੀ ਨਜ਼ਰ ਆ ਰਿਹਾ? ਸੁਣਨ ਵਾਲੀ ਗੱਲ ਹੈ। ਗੁਰੂ ਸਾਹਿਬ ਕਹਿੰਦੇ, ਮਰਦਾਨਿਆਂ ਮੈਂ ਸਰੋਵਰ ਵਾਲੇ ਦੇਖਦਾ ਵੀ ਜਿਹੜੀ ਦੁਨੀਆਂ ਹੈ ਨਾ, ਦੁਨੀਆਂ ਇੱਕ ਸਰੋਵਰ ਦੀ ਨਿਆਈ ਹੈ। ਇਸ ਸਰੋਵਰ ਵਿੱਚ ਜਿਵੇਂ ਕਮਲ ਦਾ ਫੁੱਲ ਹੈ ਨਾ, ਕਹਿੰਦੇ ਇਸੇ ਤਰੀਕੇ ਨਾਲ ਕਮਲ ਦੇ ਫੁੱਲ ਨੇ ਰੱਬ ਦੇ ਪਿਆਰੇ, ਕਮਲ ਦੇ ਫੁੱਲ ਨੇ ਰੱਬ ਦੇ ਪਿਆਰੇ। ਇਸ ਤਲਾਅ ਦੇ ਵਿੱਚ ਦੋ ਤਰ੍ਹਾਂ ਦੇ ਜੀਵ ਹੈ, ਇੱਕ ਤੇ ਉਹ ਨੇ ਜਿਨ੍ਹਾਂ ਦਾ ਆਹਾਰ ਹੈ ਡੱਡੀਆਂ ਮੱਛੀਆਂ, ਜਾਲੇ ਖਾਣਾ, ਗੰਦਗੀ ਖਾਣਾ। ਕਹਿੰਦੇ ਦੂਸਰੇ ਤਰ੍ਹਾਂ ਦੇ ਉਹ ਜੀ ਨੇ ਜਿਹੜੇ ਫੁੱਲ ਦੇ ਕੋਲ ਆ ਕੇ ਭੌਰੇ ਬਣ ਕੇ ਸੁਗੰਧੀ ਲੈ ਕੇ ਤੇ ਵਾਪਸ ਚਲੇ ਜਾਂਦੇ ਨੇ। ਮਹਾਰਾਜ ਜੀ ਗੱਲ ਸਮਝ ਨਹੀਂ ਆਈ, ਗੱਲ ਬੜੀ ਗਹਿਰੀ ਹੈ। ਮਹਾਰਾਜ ਕਹਿੰਦੇ ਸੰਸਾਰ ਇੱਕ ਸਰੋਵਰ ਹੈ, ਇਸ ਸਰੋਵਰ ਵਿੱਚ ਕਮਲ ਦੇ ਫੁੱਲ ਨੇ ਸਾਧੂ ਸੰਤ ਰੱਬ ਦੇ ਪਿਆਰੇ। ਗੱਜ ਕੇ ਬੋਲੋ, ਸਾਧੂ ਸੰਤ ਰੱਬ ਦੇ ਪਿਆਰੇ। ਤੇ ਕਹਿੰਦੇ ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਮਕਸਦ ਭੁੱਲ ਗਿਆ ਆਉਣ ਦਾ, ਉਹ ਇੱਥੇ ਆ ਕੇ ਜਿਵੇਂ ਜਾਲਾ ਖਾਂਦੇ ਨੇ, ਨਿੰਦਿਆ ਕਰਦੇ, ਚੁਗਲੀ ਦੂਈ ਦਵੈਸ਼, ਆਪਣੇ ਮਕਸਦ ਨੂੰ ਭੁੱਲ ਕੇ ਜੀਵਨ ਵਿਅਰਥ ਗਵਾ ਲੈਂਦੇ ਨੇ। ਕਹਿੰਦੇ ਇੱਕ ਉਹ ਲੋਕ ਨੇ ਜਿਹੜੇ ਇਸ ਭੋਰੇ ਕੋਲੋਂ ਆ ਕੇ ਸੁਗੰਧੀਆਂ ਲੈ ਕੇ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲਾ ਕਰ ਲੈਂਦੇ। ਹੁਣ ਮਰਜ਼ੀ ਤੁਹਾਡੀ ਹੈ, ਭੋਰੇ ਬਣਨਾ ਕਿ ਡੱਡੀਆਂ ਮੱਛੀਆਂ ਬਣਨਾ, ਭੋਰੇ ਬਣਨਾ ਕਿ ਬਗਲੇ ਬਣਨਾ। ਜੇ ਤੇ ਬਗਲੇ ਬਣ ਗਏ ਫਿਰ ਲੋਕ ਵੀ ਦੁਖੀ ਤੇ ਪਰਲੋਕ ਵੀ ਦੁਖੀ। ਤੇ ਜੇ ਸਾਧ ਸੰਗਤ ਭੋਰੇ ਬਣ ਗਏ, ਇੱਥੇ ਭੋਰੇ ਬਣ ਕੇ ਆਏ ਆ, ਭਾਵੇਂ ਅੱਜ ਕਰੋਨਾ ਦੀ ਮਹਾਂਮਾਰੀ ਹੈ, ਸਾਰੇ ਸੰਸਾਰ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ, ਪਰ ਸਾਧ ਸੰਗਤ ਜਿਹੜੇ ਭੌਰੇ ਬਣ ਕੇ ਆਉਣਗੇ ਨਾ, ਗੁਰੂ ਸਾਹਿਬ ਕਹਿੰਦੇ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ। ਔਰ ਅੱਜ ਦਾ ਦਿਨ ਬੜਾ ਮਹਾਨ ਹੈ, ਦਾਸ ਵੱਲੋਂ, ਸੰਤ ਬਾਬਾ ਸਰੂਪ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ, ਜਥੇ ਵੱਲੋਂ, ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲੇ ਪ੍ਰਕਾਸ਼ ਪੁਰਬ ਦੀਆਂ ਲੱਖ 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 ਵਧਾਈਆਂ ਹੋਣ। ਬੋਲੇ ਸੋਹਣੇ ਹਾਲ ਸ੍ਰੀ ਅਕਾਲ। ਗੁਰੂ ਤੇਗ ਬਹਾਦਰ ਸਾਹਿਬ ਬਾਬਤ ਦਸਵੇਂ ਪਾਤਸ਼ਾਹ ਲਿਖਦੇ ਨੇ, ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿਆਵੈ ਧਾਈ। ਜਿਤੇ ਆਉਂਦੀ ਬਾਣੀ ਜ਼ਰੂਰ ਪੜਿਓ, ਘਰ ਨਉ ਨਿਧਿਆਵੈ ਧਾਈ। ਮਹਾਰਾਜ ਜੀ ਧਾਈ ਦਾ ਮਤਲਬ ਨਹੀਂ ਸਮਝ ਆਇਆ, ਪੜ੍ਹਦੇ ਤੇ ਸਾਰੇ ਆ ਵੀ ਘਰ ਨਉ ਨਿਧਿਆਵੈ ਧਾਈ, ਧਾਈ ਦਾ ਕੀ ਮਤਲਬ ਹੈ? ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਅੰਦਰ ਬੈਠ ਕੇ ਜਪੀ ਜਾਓ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਬਾਹਰ ਇੱਕ ਤਖਤੀ ਤੇ ਲਿਖ ਕੇ ਲਾ ਦਿਓ ਵੀ ਸਾਨੂੰ ਕਿਸੇ ਚੀਜ਼ ਦੀ, ਕੋਈ ਵਸਤੂ ਦੀ ਕੋਈ ਲੋੜ ਨਹੀਂ ਹੈ। ਧਿਆਨ ਦੇਣਾ, ਕਹਿੰਦੇ ਵਸਤੂਆਂ ਉਸ ਘਰ ਦੇ ਬੂਹੇ ਤੋੜ ਕੇ ਅੰਦਰ ਆ ਜਾਣਗੀਆਂ, ਧਾਵਾ ਬੋਲ ਦੇਣਗੀਆਂ। ਧਾਈ ਦਾ ਮਤਲਬ ਹੈ ਉਸ ਜਗ੍ਹਾ ਤੇ ਧਾਵਾ ਬੋਲ ਦੇਣਗੀਆਂ ਜਿਸ ਜਗ੍ਹਾ ਤੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਲਿਆ ਜਾ ਰਿਹਾ, ਉਹ ਜਗ੍ਹਾ ਦੇ ਉੱਤੇ ਧਾਵਾ ਬੋਲ ਦੇਣਗੀਆਂ। ਐਡਾ ਵੱਡਾ ਮਹੱਤਵ ਹੈ। ਪਰ ਅੱਜ ਸੱਚੇ ਪਾਤਸ਼ਾਹ ਆਪ ਜੀ ਦੇ ਆਗਮਨ ਪੁਰਬ ਤੇ ਇਸ ਪਾਵਨ ਅਸਥਾਨ ਤੇ ਸੰਗਤਾਂ ਜੁੜੀਆਂ ਹੋਈਆਂ ਨੇ। ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਹੈ, ਆਪ ਜੀ ਦੇ ਚਰਨਾਂ ਵਿੱਚ ਇੱਕ ਅਰਦਾਸ ਹੈ। ਹੇ ਗੁਰੂ ਤੇਗ ਬਹਾਦਰ ਸਾਹਿਬ,
ਆ ਜੋ ਸੰਸਾਰ ਦਾ ਹਾਲ ਹੈ ਜਿਵੇਂ ਹਸਪਤਾਲਾਂ ਵਿੱਚ ਬੈੱਡ ਨਹੀਂ ਮਿਲਦੇ ਸਾਧ ਸੰਗਤ ਕਿਤੇ ਕੋਈ ਮਹਾਮਾਰੀ ਹੈ ਕਿਤੇ ਸੰਸਕਾਰਾਂ ਲਈ ਥਾਂ ਨਹੀਂ ਮਿਲਦੀ ਉਦੋਂ ਵੀ ਆਪ ਜੀ ਨੇ ਮੱਖਣ ਸ਼ਾਹ ਲਵਾਣੇ ਦਾ ਬੇੜਾ ਬੰਨੇ ਲਾਇਆ ਹੇ ਸੱਚੇ ਪਾਤਸ਼ਾਹ ਅੱਜ ਵੀ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਹੈ ਆਪ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਤਾਂ ਵੱਲੋਂ ਇੱਕ ਅਰਦਾਸ ਹੈ ਕਿਰਪਾ ਕਰੋ ਹੁਣ ਦਿਸੇ ਨਾ ਸਹਾਰਾ ਕੋਈ ਜੱਗ ਨੂੰ ਸੱਚੇ ਪਾਤਸ਼ਾਹ ਆਪ ਜੀ ਦੇ ਪ੍ਰਕਾਸ਼ ਪੁਰਬ ਤੇ ਬੇਨਤੀ ਹੈ ਸਹਾਰਾ ਬਣ ਕੇ ਸਾਡੀ ਬੇੜੀ ਨੂੰ ਡੁੱਬਦੀ ਹੋਈ ਨੂੰ ਬੰਨੇ ਲਾਓ ਸਾਡੇ ਮਨਾਂ ਨੂੰ ਡੋਲਦਿਆਂ ਨੂੰ ਬੰਨੇ ਲਾ ਦਿਓ ਹੁਣ ਦਿਸੇ ਨਾ ਸਹਾਰਾ ਕੋਈ ਜੱਗ ਹੁਣ ਦਿਸੇ ਨਾ ਸਹਾਰਾ ਕੋਈ ਜੱਗ ਮਹਾਰਾਜ ਜੀ ਹੁਣ ਤੁਸੀਂ ਸਹਾਰੇ ਹੋ ਤੇ ਸੱਚੀ ਗੱਲ ਹੈ ਮੇਰਾ ਸਹਾਰਾ ਭਾਵੇਂ ਮੇਰੀ ਮਾਂ ਮੇਰਾ ਪਿਓ ਮੇਰੀ ਭੈਣ ਮੇਰਾ ਭਰਾ ਮੇਰੇ ਰਿਸ਼ਤੇਦਾਰ ਹੋਣ ਪਰ ਬਾਣੀ ਵਿੱਚ ਲਿਖਿਆ ਹੈ ਇਹ ਜਿਹੜੇ ਸਹਾਰੇ ਨੇ ਨਾ ਇਹ ਜਿਉਂਦਿਆਂ ਹੀ ਸਾਥ ਛੱਡ ਦਿੰਦੇ ਨੇ ਜਦੋਂ ਮੁਸ਼ਕਲ ਆਉਂਦੀ ਹੈ ਜਾਂ ਕੋ ਮੁਸ਼ਕਲ ਅੱਤ ਬਣੇ ਇੱਕ ਮੁਸ਼ਕਲ ਹੁੰਦੀ ਇੱਕ ਅੱਤ ਮੁਸ਼ਕਲ ਹੈ ਕੱਲ ਪਰਸੋਂ ਦਿੱਲੀ ਤੋਂ ਸਾਡੇ ਸ਼ੈਂਟੀ ਵੀਰ ਜੀ
ਜਿਨ੍ਹਾਂ ਨੇ ਕਰੋਨਾ ਮਹਾਮਾਰੀ ਦੇ ਵਿੱਚ 1500 ਦਾ ਸੰਸਕਾਰ ਕੀਤਾ, ਉਹ ਕਹਿੰਦੇ ਇੱਕ ਪਰਿਵਾਰ ਨੂੰ ਮੈਂ ਫੋਨ ਕਰਕੇ ਕਿਹਾ ਵੀ ਤੁਸੀਂ ਆਪਣੇ ਬਜ਼ੁਰਗਾਂ ਦਾ ਫੇਸ ਦੇਖ ਲਓ, ਅਖੀਰਲਾ ਵੇਲਾ ਆ, ਅਸੀਂ ਪਰਮਿਸ਼ਨ ਲੈ ਲਈ ਹੈ। ਉਹ ਕਹਿੰਦੇ ਜੀ ਵੀਡੀਓ ਬਣਾ ਕੇ ਭੇਜ ਦਿਓ, ਹੁਣ ਅਸੀਂ ਥੋੜ੍ਹੀ ਮਰਨਾ ਜੇ ਬਾਪੂ ਮਰ ਗਿਆ। ਬਾਣੀ ਕਹਿੰਦੀ ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਲਾਗੂ ਹੋਏ ਦੁਸ਼ਮਣ ਵੀ ਸਾਧ ਸੰਗਤ ਉਸ ਵੇਲੇ ਆ ਗਏ ਸਿਰ ਤੇ ਚੜ ਕੇ ਸਾਕ ਭੀ ਭੱਜ ਰਿਸ਼ਤੇਦਾਰ ਸਾਕ ਸੰਬੰਧੀ ਛੱਡੇ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਬੈਠੇ ਸੀ, ਆ ਸਹਾਰੇ ਦੀ ਗੱਲ ਸੁਣ ਲਓ। ਮਹਾਰਾਜ ਜੀ ਦਰਬਾਰ ਸਾਹਿਬ ਬੈਠੇ ਨੇ, ਗੁਰਦੁਆਰਾ ਗੁਰੂ ਕਾ ਮਹਿਲ, ਤੁਹਾਡੀ ਹਾਜ਼ਰੀ ਲੱਗ ਜਾਏਗੀ ਗੁਰਦੁਆਰਾ ਗੁਰੂ ਕਾ ਮਹਿਲ, ਦੋਵੇਂ ਹੱਥ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਉਹ ਅਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ, ਭਾਵੇਂ ਤੁਸੀਂ ਸੁਣਿਆ ਪਰ ਜਿੰਨੀ ਵਾਰੀ ਦੁਬਾਰਾ ਸੁਣੋਗੇ ਉਨੀ ਵਾਰੀ ਹਾਜ਼ਰੀ ਲੱਗੇਗੀ। ਮਹਾਰਾਜ ਜੀ ਵਧਾਈਆਂ ਵਧਾਈਆਂ ਵਧਾਈਆਂ, ਤੁਹਾਡੇ ਘਰ ਪੁੱਤਰ ਨੇ ਆਗਮਨ ਲਿਆ। ਗੁਰੂ ਸਾਹਿਬ ਜੀ ਜਿਹੜੀ ਸੈਂਟਰ ਵਾਲੀ ਅਵਸਥਾ ਹੁੰਦੀ ਹੈ ਨਾ, ਸਹਿਜ ਨਾ ਬਾਲੇ ਖੁਸ਼ ਹੋਏ ਨਾ ਕੋਈ ਐਸੀ ਗੱਲ ਹੈ, ਬਸ ਐ ਚੌਂਕੜਾ ਲੱਗਿਆ। ਕੀਰਤਨ ਦੀ ਸਮਾਪਤੀ ਹੋਈ ਤੇ ਗੁਰੂ ਸਾਹਿਬ ਜੀ ਗਏ ਨੇ, ਬਾਲ ਦਾ ਮੁੱਖ ਦੇਖਿਆ ਤੇ ਗੁਰੂ ਸਾਹਿਬ ਨੇ ਸੀਸ ਝੁਕਾ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਿਹਰਾ ਦੇਖਿਆ, ਸਭ ਤੋਂ ਛੋਟੇ ਸੀ ਗੁਰੂ ਤੇਗ ਬਹਾਦਰ ਸਾਹਿਬ, ਚਾਰ ਭਰਾ ਸੀ ਇੱਕ ਭੈਣ ਸੀ, ਤੇ ਜਦੋਂ ਚਿਹਰਾ ਦੇਖਿਆ ਤੇ ਸੀਸ ਝੁਕਾ ਦਿੱਤਾ ਤੇ ਕਿਹਾ ਮਹਾਰਾਜ ਜੀ ਬਾਲਕ ਤੇ ਹੋਰ ਵੀ ਬਹੁਤ ਨੇ, ਇਹਨਾਂ ਨੂੰ ਸੀਸ ਝੁਕਾਇਆ ਤੇ ਰਮਜ ਮਹਾਰਾਜ ਨੇ ਉਦੋਂ ਹੀ ਮਾਰ ਦਿੱਤੀ ਸੀ। ਕਹਿੰਦੇ ਮੈਂ ਸਿਰ ਤਾਂ ਝੁਕਾਇਆ, ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਦੇ ਸਿਰ ਨੇ ਕੰਮ ਕਰਨਾ ਨਾ, ਅੱਜ ਮੈਂ ਇਕੱਲਾ ਸੀਸ ਨਿਵਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਸਾਰੀ ਦੁਨੀਆ ਇਹਨੂੰ ਸੀਸ ਝੁਕਾਏਗੀ। ਉਹ ਵੀ ਸਮਾਂ ਸੀ ਤੇ ਜਦੋਂ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੋਇਆ ਨਾ, ਬਟਾਲੇ ਬਰਾਤ ਜਾਣੀ ਸੀ ਬਟਾਲੇ, ਮਹਾਰਾਜ ਜੀ ਨੂੰ ਬੜਾ ਸੋਹਣਾ ਸ਼ਿੰਗਾਰਿਆ, ਕਿਉਂਕਿ ਘਰ ਵਿੱਚ ਨਾ ਜਿਹੜਾ ਸਭ ਤੋਂ ਛੋਟਾ ਬੱਚਾ ਹੁੰਦਾ, ਆਮ ਤੌਰ ਤੇ ਛੋਟੇ ਬੱਚੇ ਦਾ ਪਿਆਰ ਸਭ ਨਾਲੋਂ ਵੱਧ ਹੁੰਦਾ। ਸ਼ਿੰਗਾਰਿਆ, ਹਾਰ ਪਾਏ, ਸੋਹਣੇ ਵਸਤਰ ਪਾਏ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਰਸਤੇ ਵਿੱਚ ਇੱਕ ਬਾਲਕ ਨੂੰ ਰੋਂਦਿਆਂ ਦੇਖਿਆ, ਉਹਦੇ ਤਨ ਦੇ ਕੱਪੜੇ ਦੇਖੇ ਫਟੇ ਹੋਏ, ਉਹਨੂੰ ਪੁੱਛਿਆ ਵੀਰਾ ਰੋਂਦਾ ਕਿਉਂ ਹੈ? ਕਹਿੰਦੇ ਅਸੀਂ ਗਰੀਬ ਹੁੰਦੇ ਹਾਂ ਨਾ, ਅਸੀਂ ਤਾਂ ਰੋਂਦੇ ਹਾਂ, ਸਾਡੇ ਕੋਲ ਵਸਤਰ ਨਹੀਂ, ਮੈਂ ਰੋਟੀ ਨਹੀਂ ਛਕੀ, ਪ੍ਰਸ਼ਾਦਾ ਨਹੀਂ ਛਕਿਆ। ਕਹਿੰਦੇ ਗੁਰੂ ਸਾਹਿਬ ਨੇ ਆਪ ਥਾਲ ਵਿੱਚ ਪ੍ਰਸ਼ਾਦਾ ਪਾ ਕੇ ਦਿੱਤਾ। ਇਤਿਹਾਸਕਾਰ ਲਿਖਦੇ ਸੀਤ ਰੁੱਤ ਸੀ, ਠੰਡ ਲੱਗਦੀ ਸੀ ਬਹੁਤ ਜ਼ਿਆਦਾ ਤੇ ਸਾਧ ਸੰਗਤ ਰੋਣਾ ਸ਼ੁਰੂ ਕਰ ਦਿੱਤਾ। ਹੁਣ ਕਿਉਂ ਰੋਣਾ ਬਾਈ, ਮੈਨੂੰ ਠੰਡ ਲੱਗਦੀ ਹੈ, ਮੇਰੇ ਕੋਲ ਕੋਈ ਕੱਪੜੇ ਨਹੀਂ ਨਾ, ਨਿੱਗੇ ਸੋਹਣੇ ਵਸਤਰ ਨਹੀਂ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਦਿਨ ਮਨਾ ਰਹੇ ਹੋ, ਇੰਨੇ ਦਿਆਲੂ, ਇੰਨੇ ਕਿਰਪਾਲੂ, ਪ੍ਰਸਾਦ ਸੰਗਤ ਕਿਤੇ ਅਸੀਂ ਗੁਰੂ ਅੱਗੇ ਐਨ ਨਿਮਾਣੇ ਹੋ ਕੇ ਰੋਈਏ ਤੇ ਸਹੀ? ਜਿਵੇਂ ਉਹ ਬੱਚਾ ਰੋਂਦਾ ਹੈ ਨਾ, ਕਹਿੰਦਾ ਜੀ ਹੁਣ ਮੇਰਾ ਕੋਈ ਵੀ ਸਹਾਰਾ ਨਹੀਂ ਹੈ। ਇੱਕ ਵਾਰੀ ਤੁਸੀਂ ਵੀ ਕਹਿ ਦਿਓ ਮਹਾਰਾਜ ਜੀ ਸਾਡਾ ਕੋਈ ਵੀ ਸਹਾਰਾ ਨਹੀਂ ਹੈ, ਤੁਸੀਂ ਸਹਾਰੇ ਹੋ। ਗੁਰੂ ਸਾਹਿਬ ਜੀ ਤੇ ਇੰਨਾ ਪਿਆਰ ਕਰਦੇ, ਕਿਤੇ ਤੂੰ ਗੁਰੂ ਨਾਲ ਪਿਆਰ ਕਰਕੇ ਤਾਂ ਦੇ। ਮਹਾਰਾਜ ਕਹਿੰਦੇ ਜੇ ਮੇਰੇ ਨਾਲ ਪਿਆਰ ਕਰਦੇ ਨਾ ਸਿੱਖਾ, ਫਿਰ ਮੇਰਾ ਸਭ ਕੁਛ ਤੇਰਾ ਹੀ ਹੈ, ਪਰ ਆਪਣੇ ਮਨ ਨੂੰ ਕਹਿ ਕੇ ਤੇ ਦੇਖੋ ਇੱਕ ਵਾਰੀ। ਤੂੰ ਕਰ ਲੈ ਗੁਰਾਂ ਦੇ ਨਾਲ ਪਿਆਰ, ਨੀਂ ਜਾਣ ਜਿੰਦੜੀਏ, ਤੂੰ ਕਰ ਲੈ ਗੁਰਾਂ ਦੇ ਨਾਲ ਪਿਆਰ, ਨੀਂ ਜਾਣ ਜਿੰਦੜੀਏ, ਕਰ ਲੈ ਗੁਰਾਂ ਦੇ ਨਾਲ ਪਿਆਰ, ਨੀਂ ਜਾਣ ਜਿੰਦੜੀਏ, ਦੁਨੀਆ ਨਾਲ ਬਹੁਤ ਪਿਆਰ ਕਰਦਾ। ਪਰ ਗੁਰੂ ਤੇਗ ਬਹਾਦਰ ਸਾਹਿਬ ਕੀ ਕਹਿ ਰਹੇ ਨੇ, ਜਬ ਤੈਂ ਝੂਠੀ ਦੇਖੀ ਪ੍ਰੀਤ,
अपने सुख यहीं स्यों लागे क्या दारा क्या मी ये दुनिया दी प्रीत ऐसी है जिन्नी देर तक तेरी जेब च पैसा उन्नी देर तक दुनिया तेरी यार है मित्र है पर जदों शरीर रोगी हो गया शरीर रोगी हो गया जेब चो माया मुक गई ना अपने भी साथ छड़ देंदे ने सतगुरु जी की कहंदे ने ना कोई तेरा संगी साथी ना कोई तेरा संगी साथी ना कोई तेरा संगी साथी ना कोई तेरा ना कोई तेरा संगी साथी ना कोई तेरा संगी साथी ना कोई रिश्ते फायदा की है भाई खोजू बेड़ा पार नी अनजान जिंदड़िए तेरा 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 खोजू बेड़ा पार नी अनजान एक कड़ी तो नाम न जपया एक कड़ी तो नाम न जपया कड़ी तो नाम न जपया एक कड़ी तो नाम न जपया कड़ी तो नाम न जपया एक कड़ी तो नाम न जपया उज तो सोच विचार नी अनजान जिंदड़िए एक बारी दास बोले एक बारी आप सारी संगत अपने मन नूं कहना आ तेरा हो जू बेड़ा पार नी अनजान जिंदड़िए तेरा हो जू बेड़ा पार नी अनजान जिंदड़िए तेरा बेड़ा पार नी अनजान जिंदड़िए तेरा हो जू बेड़ा पार नी अनजान जिंदड़िए कर ले गुरा दे नाल प्यार नी अनजान जिंदड़िए तू कर ले गुरा दे नाल प्यार नी अनजान जिंदड़िए तू कर ले गुरा दे नाल प्यार नी अनजान जिंदड़िए तू कर ले गुरा दे नाल प्यार नी अनजान जिंदड़िए आखो सतनाम श्री वाहेगुरु बहुत प्यार करदा है इदां दी गल ने भी ये प्यार नहीं करदा पर प्यार करदा मतलब नूं जे काम नहीं बनया तो कहिंदा गुरुद्वारे चलीए साडे लागे महापुरश रहिंदे सी बाबा वरियाम सिंह जी रतवाड़ा साहिब वाले बंदे दी सरकारी नौकरी दा कोई काम अड़ गया उहनूं नौकरी ना मिली बाबा जी मेरी नौकरी का प्रोसीजर अड़ गया कोई करो अरदास महापुरश कहिंदे भाई 40 दिन अमृत वेले उठ के सण केसी इशनान करके नितनेम तो अलावा
एक घंटा कोई भी जाप कर लिया कर, मूल मंत्र गुर मंत्र जपजी साहब जो तेन चंगा लगे। उन्हें बड़ा जाप किया जी, चलो कारज बन गया, उन्हें सरकारी नौकरी मिल गई। दूजी वारी उहदा फिर कोई काम अड़ गया, महापुरश कहिंदे पंज सिंघां नूं प्रशादा छका दिओ तुहाडा काम बन जूगा। ध्यान देना, दो साल वह बंदा मिलिया ही नहीं बाबिआं नूं, दो साल मिलिया ही नहीं। एक दिन महापुरश कहिंदे कुराली पुल थले खड़े सी, वह बंदा उत्थे जूस पी रहा है, कहिंदे भाई तू आया ही नहीं। ज्ञानी संत सिंह मस्कीन कहिंदे दुनिया च कामयाब होना ते चलाक बन जो, जे दुनिया च कामयाब होना ते चलाक बन जो, भोला बंदा दुनिया च फेल है। कहिंदे जे रब दे घर च कामयाब होना ते भोले बन जो, ते चलाक बंदा फेल है। ए मन चंचला चतुराई किने ना पाया, चतुराई दे नाल नहीं मिलता, इत्थे इत्थे ते भोले भा मिलता है। तेरे अंदर चलाकियां खत्म हो गई, उस दिन तेनों रब दे दर्शन हो जाएंगे। अज का बंदा चलाकी करता, देखो कितनियां चलाकियां करते आप, मौत तो बच जाइए बच जाइए। एक मन घड़त कहानी है, गल समझाने लिए असलियत कहानी नहीं है। एक बंदा 30 साल की उम्र है, तो साध संगत अचानक उन्हों जो सवेरे उठिया तो की देखता भी यमराज लैन आ गया, धर्मराज लैन आ गया। बाणी भी कहती है धर्म राय जब लेखा मांगे क्या मुख लैके जाएगा। वह कहते उठ भाई तेरे जाने की वारी आ गई। वह कहता मेरे बच्चे बड़े छोटे ने, मैं घरवाली नूं हजे दस्या नहीं भी खाते च कित्थे पैसे पाए ने, मैं एफ डियां कराइया, मैं काम कीते, मेरा मैं ते हजे कोई भी सुनेहा नहीं दिता। धर्मराजे नूं कहा मेरी एक गल मनो। कहिंदे जी केड़ी? कहिंदे मैं चाह पीना, उन्नी देर तक तुसीं भी चाह पी लो, उन्नी देर तक मैं घरदियां नूं सारा सुनेहा दे देना भी मैं जाना है, सियाणपां दी गल। कहिंदे उन्हें धर्मराजे लई चाह बनाई, चाह दे विच पातियां नींद दियां गोलियां। मन घड़त कहानी है, गल समझाउण लई है। हुण धर्मराजे ने नींद दियां गोलियां वाली उह चाह पी ली ते उहनूं नींद आ गई। उह लिस्ट जिहड़ी लैके आए सी ना, जिहदे च लिखिआ सी वी अज इस बंदे नूं लैके आउणा, उह लिस्ट विच जिहड़ा सब तों उत्ते नां सी, उहने अपनी चलाकी नाल उह नां सब तों थल्ले कर दित्ता। भी जदों धर्मराजा उठूगा उन्हों कह देंगे मेरी वारी तो जे बाद है, जिहदी पहली वारी उन्हों लैके जाओ। आखो सतनाम श्री वाहिगुरु। जदों धर्मराजे की जाग खुली तो साध सिंह तो बड़ा खुश होया, कहिंदा चाह कादी पियाई, नींद ही बड़ी वधिया आई। आखो सतनाम श्री वाहिगुरु। वह कहिंदा मैं तेरी सेवा से बड़ा खुश हो गया, हुण मैं तेनों नहीं लैके जाना। वो भी खुश हो गया भी मेरी जान बच गई, बोलो मेरी जान, मैं सियाणपा काम सियाणप नाल काम लिया सी ना, बच गया। धर्मराजा कहिंदा हुण इहने की कीता सी, इहने लिस्ट विच जिहदा पहला नां सी ना इहदा, उह अखीर च करतिया सी। धर्मराजा कहिंदा हुण पहले वालिआं नूं नहीं लैके जाणा, हुण मैं लिस्ट पुट्ठी कर देणी, जिहड़े थल्ले वाले आ उहनां नूं पहले लैके जाणा ते उत्ते वालिआं नूं बाद च लैके जाणा। आखो सतनाम श्री वाहिगुरु। कहानी खत्म नहीं हुई, थल्ले किहदा नां सी इहदा जिन्हें चलाकी कीती। जदों रब दी दरगाह विच गया ते परमेशर ने खुश हो के कहा देखो दुनिया दे लोग मौत तो डरदिआं बड़ियां चलाकियां करदिआं, पर चेते रखो जिस दिन मौत आ गई उस दिन कोई भी सियाणप काम नहीं आउणी। भावें जिन्नी मर्जी दवाइयां लै लो उस दिन कुछ भी हीला वसीला काम नहीं आउणा। गुरु तेग बहादुर साहब जी अज दे दिन समझा रहे ने, हर जस रे मना गाए ले, मना चलाकियां ना कर, जो संगी है तेरा जेड़े भी तेनों संगी मिलते ना बैठ के जपिया कर। औसर बीतियो जात है कहे ओ मान ले मेरा,
गल मन ले। गुरु तेग बहादुर साहब कह रहे ने बंदिया औद तेरी जावे ਕਹਿੰਦੇ ਬੰਦਿਆ ਇੱਕ ਪ੍ਰਮਾਣ ਹੈ ਤੇਰੇ ਲਈ, ਤੂੰ ਸਦਾ ਖੁਸ਼ ਰਹੇਗਾ ਜੇ ਪ੍ਰਮਾਣ ਸਮਝ ਲੈ। ਮਹਾਰਾਜ ਜੀ ਕਿਹੜਾ? ਕਹਿੰਦੇ ਇੱਕ ਹੁੰਦਾ ਘੋੜਾ, ਇੱਕ ਹੁੰਦਾ ਘੋੜ ਸਵਾਰ। ਗੱਲ ਸਮਝਿਓ, ਸੰਤ ਬਾਬਾ ਕਿਰਪਾਲ ਸਿੰਘ ਮਹਾਰਾਜ ਜੀ ਨੇ ਸੰਸਾਰ ਨੂੰ ਆਹ ਗੱਲ ਸਮਝਾਈ ਹੈ ਵੀ ਦੋ ਚੀਜ਼ਾਂ ਆ, ਇੱਕ ਘੋੜਾ ਤੇ ਇੱਕ ਘੋੜ ਸਵਾਰ। ਦੋਨੋਂ ਇੱਕ ਨਹੀਂ ਆ, ਦੋਨੋਂ ਵੱਖਰੇ ਵੱਖਰੇ ਨੇ, ਦੋਨੋਂ ਵੱਖਰੇ ਵੱਖਰੇ ਨੇ। ਪਰ ਅਸੀਂ ਦੁਖੀ ਪਤਾ ਕਿਉਂ ਆ? ਅਸੀਂ ਦੋਨਾਂ ਨੂੰ ਇੱਕ ਸਮਝਿਆ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਵਾਜ਼ ਨਹੀਂ ਆਈ, ਬੋਲੋ ਸਤਨਾਮ।
ਦੋਨਾਂ ਨੂੰ ਇੱਕ ਸਮਝਿਆ ਜਿਹੜਾ ਘੋੜੇ ਦਾ ਆਹਾਰ ਹੈ ਉਹ ਘੋੜੇ ਨੂੰ ਦਿਓ ਸਵਾਰੀ ਦਾ ਆਹਾਰ ਸਵਾਰੀ ਨੂੰ ਦਿਓ ਗੱਲ ਕਹਿ ਰਹੀ ਹੈ ਸਮਝ ਨਹੀਂ ਆਈ ਕਹਿੰਦੇ ਸਰੀਰ ਇੱਕ ਘੋੜਾ ਆ ਇਸ ਘੋੜੇ ਤੇ ਸਵਾਰੀ ਕਰ ਰਿਹਾ ਮਨ ਦੋਨਾਂ ਦਾ ਪ੍ਰਸ਼ਾਦਾ ਵੱਖਰਾ ਆ ਤਨ ਦਾ ਆਹਾਰ ਹੈ ਪ੍ਰਸ਼ਾਦਾ ਇਹ ਸੋਚਦਾ ਵੀ ਮਨ ਦਾ ਵੀ ਇਹੀ ਆਹਾਰ ਹੈ ਜਦੋਂ ਮਨ ਦੁਖੀ ਹੁੰਦਾ ਕਹਿੰਦਾ ਚੱਲ ਸ਼ਿਮਲੇ ਚਲੀਏ ਘੁੰਮਣ ਮਨ ਦੁਖੀ ਹੁੰਦਾ ਚੱਲ ਫਲਾਣੀ ਥਾਂ ਆਹ ਖਾਈਏ ਆਹ ਪੀਏ ਮਹਾਰਾ ਕਹਿੰਦੇ ਤਨ ਦਾ ਆਹਾਰ ਵੱਖਰਾ ਤੇ ਮਨ ਦਾ ਆਹਾਰ ਵੱਖਰਾ ਵੱਖਰਾ ਘੋੜੇ ਦਾ ਆਹਾਰ ਵੱਖਰਾ ਤੇ ਘੋੜ ਸਵਾਰ ਦਾ ਆਹਾਰ ਵੱਖਰਾ ਹੁਣ ਘੋੜੇ ਦੀ ਘੋੜੇ ਦਾ ਚਾਰਾ ਤੁਸੀਂ ਸਵਾਰੀ ਨੂੰ ਖਵਾ ਸਕਦੇ ਹੋ ਨਹੀਂ ਨਾ ਇਸੇ ਤਰੀਕੇ ਨਾਲ ਮਹਾਰਾ ਕਹਿੰਦੇ ਤੇਰਾ ਮਨ ਦੁਖੀ ਤਾਂ ਆ ਜਦੋਂ ਤਨ ਨੂੰ ਪ੍ਰਸ਼ਾਦਾ ਨਹੀਂ ਮਿਲਦਾ ਤੇ ਘਰ ਵਾਲੀ ਨੂੰ ਕਹਿੰਦਾ ਕਿੱਥੇ ਮਰ ਗਈ ਸੀ ਇੰਨਾ ਟਾਈਮ ਹੋ ਗਿਆ ਪ੍ਰਸ਼ਾਦਾ ਨਹੀਂ ਲਿਆਈ ਉਹ ਕਹਿੰਦੇ ਇੰਨਾ ਕੌੜਾ ਕਿਉਂ ਬੋਲਦੇ ਹੋ ਸੁਣਦੇ ਹੋ ਜੀ ਇੰਨਾ ਕੌੜਾ ਕਿਉਂ ਬੋਲਦੇ ਹੋ ਉਹ ਕਹਿੰਦਾ ਕੌੜਾ ਨਾ ਬੋਲਾਂ ਕਿਆ ਕਰਾਂ ਮੈਂ ਸਵੇਰ ਦਾ ਭੁੱਖਾ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰਾ ਤਨ ਭੁੱਖਾ ਤੇ ਤਨ ਤੜਫਦਾ ਅੱਜ ਬੰਦੇ ਦਾ ਮਨ ਚਿੜਚਿੜਾ ਖਿਚੜ ਮਹਾਂਪੁਰਸ਼ ਬੈਠੇ ਨੇ ਸੰਤ ਬਾਬਾ ਬਲਜੀਤ ਸਿੰਘ ਜੀ ਇੱਕ ਸਾਲ ਦੇ 365 ਦਿਨਾਂ 'ਚ ਜਦੋਂ ਮਰਜ਼ੀ ਆ ਕੇ ਮਿਲ ਲਓ ਕਦੀ ਤੁਸੀਂ ਇਹ ਨਹੀਂ ਕਹੋਗੇ ਜੀ ਅੱਜ ਮਿਲੇ ਸੀ ਬਾਬਾ ਜੀ ਦਾ ਮੂਡ ਬੜਾ ਖਰਾਬ ਸੀ ਕਦੀ ਸੁਣਿਆ ਵੀ ਅੱਜ ਬਾਬਾ ਜੀ ਅਪਸੈਟ ਬੜੇ ਸੀ ਜੀ ਅੱਜ ਬਾਬਾ ਜੀ ਟੈਨਸ਼ਨ 'ਚ ਬਹੁਤ ਸੀ ਕਿਉਂ ਕਿਉਂਕਿ ਰੱਬ ਦੇ ਪਿਆਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਛਾਰ ਇਹ ਤੇ ਸਦਾ ਹੀ ਆਨੰਦ ਵਿੱਚ ਨੇ ਸਹਿਜ ਅਵਸਥਾ ਵਿੱਚ ਨੇ ਕਿਉਂ ਕਿਉਂਕਿ ਮਨ ਦਾ ਆਹਾਰ ਰੱਜ ਰੱਜ ਕੇ ਮਿਲਦਾ ਹੈ ਹੁਣ ਸਮਾਪਤੀ ਹੋ ਜਾਣੀ ਸੁਖਮਨੀ ਸਾਹਿਬ ਫਿਰ ਸਮਾਪਤੀ ਹੋ ਜਾਣੀ ਸ਼ਾਮ ਦਾ ਕੀਰਤਨ ਸਵੇਰੇ ਬਾਬਾ ਜੀ ਆਪ ਹੀ ਕਦੀ ਢੋਲਕੀ ਕਦੀ ਚਿਮਟਾ ਕਦੀ ਵਾਜਾ ਆਸਾ ਜੀ ਦੀ ਵਾਰ ਦਾ ਕੀਰਤਨ ਜਦੋਂ ਤਨ ਨੂੰ ਪ੍ਰਸ਼ਾਦਾ ਮਿਲੇ ਤਨ ਭੱਜ ਭੱਜ ਕੇ ਕੰਮ ਬੋਲੋ ਤਨ ਭੱਜ ਭੱਜ ਕੇ ਕੰਮ ਤੇ ਜੇ ਮਨ ਨੂੰ ਮਨ ਦਾ ਪ੍ਰਸ਼ਾਦਾ ਮਿਲੇ ਮਨ ਦਾ ਪ੍ਰਸ਼ਾਦਾ ਕੀ ਹੈ ਭਾਈ ਸਤਨਾਮ ਸ਼੍ਰੀ ਵਾਹਿਗੁਰੂ ਇਹ ਪ੍ਰਸ਼ਾਦਾ ਵੰਡਣ ਵਾਸਤੇ ਸਾਧੂਆਂ ਦੀ ਡਿਊਟੀ ਲਾਈ ਮਹਾਰਾਜ ਨੇ ਵੀ ਡਿਊਟੀ ਲਾ ਲਾ ਕੇ ਤੋਰਿਆ ਸੀ ਆਪਣੇ ਪਿਆਰਿਆਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਇੱਕ ਸਿੱਖ ਤੁਰਿਆ ਸੀ ਜਿਹਦਾ ਨਾਮ ਸੀ ਫੱਗੋ ਉਹਨੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਵੇਂ 6 ਪਾਤਸ਼ਾਹ ਦੇ ਦਰਸ਼ਨ ਕੀਤੇ ਨਾ 6 ਪਾਤਸ਼ਾਹਾਂ ਦੇ ਇਵੇਂ ਚਾਚੇ ਫੱਗੋ ਨੇ ਵੀ 6 ਪਾਤਸ਼ਾਹਾਂ ਦੇ ਦਰਸ਼ਨ ਕੀਤੇ ਸੀ ਕਿਹਨਾਂ ਕਿਹਨਾਂ ਦੇ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ ਰਾਏ ਸਾਹਿਬ ਸਾਧ ਸੰਗਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੁਰਗੱਦੀ ਤੇ ਬੈਠੇ ਨਾ ਤੇ ਚਾਚਾ ਫੱਗੋ ਬਿਹਾਰ ਸਸਰਾਮ ਚ ਬੈਠਾ ਸੀ ਸੰਗਤਾਂ ਨੂੰ ਬਾਣੀ ਨਾਲ ਜੋੜਦਾ ਜਿਵੇਂ ਇੱਥੇ ਮਹਾਂਪੁਰਸ਼ ਜੋੜਦੇ ਨੇ ਤੇ ਕਹਿੰਦਾ ਮੈਨੂੰ ਕਦੀ ਦਰਸ਼ਨ ਹੋਣਗੇ ਸੁਣਿਆ ਵੀ 9ਵੇਂ ਪਾਤਸ਼ਾਹ 26 ਸਾਲ 9 ਮਹੀਨੇ 13 ਦਿਨ ਕਠਨ ਤਪੱਸਿਆ ਤੋਂ ਬਾਅਦ ਅੱਜ ਪ੍ਰਗਟ ਹੋ ਗਏ ਨੇ ਤੇ ਸਾਧ ਸੰਗਤ ਅੱਜ ਉਹਨਾਂ ਦਾ ਆਨੰਦ ਕੈਸਾ ਹੈ ਮਹਾਂਪੁਰਸ਼ ਧਾਰਨਾ ਪੜ੍ਹਦੇ ਚਾਚਾ ਫੱਗੋ ਨੂੰ ਸੰਗਤਾਂ ਦੱਸਦੀਆਂ ਨੇ ਚਾਚਾ ਤਾਂ ਕਹਿੰਦੇ ਸੀ ਕਿਉਂਕਿ ਉਮਰ ਕਰਕੇ ਵੱਡੇ ਸੀ ਹਾਂ ਭਾਈ ਦੱਸੋ ਅੱਜ ਤੁਸੀਂ ਗਏ ਸੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਮਹਾਰਾਜ ਕਿੱਦਾਂ ਦੇ ਨੇ ਅੱਜ ਦਾ ਟਾਈਮ ਥੋੜੀ ਸੀ ਮੋਬਾਈਲ ਤੇ ਫੋਟੋ ਖਿੱਚੋ ਕੈਮਰੇ 'ਚ ਫੋਟੋ ਖਿੱਚੋ ਤੇ ਵਟਸਐਪ ਕਰ ਦਿਓ ਮਹਾਰਾਜ ਜੀ ਦੇ ਦਰਸ਼ਨ ਸੁਣ ਸੁਣ ਕੇ ਹੀ ਆ ਕੀਰਤਨ ਸੁਣ ਸੁਣ ਕੇ ਮਨ ਵਿੱਚ ਚਾਓ ਪੈਦਾ ਹੁੰਦਾ ਹੈ ਤਾਂ ਹੀ ਇਹ ਦੀਵਾਨ ਲਾਏ ਜਾਂਦੇ ਨੇ ਧੰਨੇ ਭਗਤ ਨੂੰ ਵੀ ਰੱਬ ਨਾਲ ਪ੍ਰੀਤ ਪੈ ਗਈ ਸੀ ਕਿਉਂ ਕਹਿੰਦੇ ਇਹ ਵਿਧ ਸੁਣ ਕੇ ਜਾਟਰੋ ਉੱਠ ਭਗਤੀ ਕਿਹੜੀ ਵਿਧ ਗੋਬਿੰਦ 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 ਸੰਗ ਨਾਮ ਦਿਓ ਮਨ ਆਟ ਦਾਮ ਕੋ ਛੀਬਰੋ ਸੁਣਿਆ ਨਾਮਦੇਵ ਨੂੰ ਮਿਲ ਗਿਆ ਰਵਿਦਾਸ ਨੂੰ ਮਿਲ ਗਿਆ ਸੈਣ ਨਾਈ ਨੂੰ ਮਿਲ ਗਿਆ ਤੈਨੂੰ ਵੀ ਮਿਲ ਜਾਏਗਾ ਸੁਣ ਸੁਣ ਕੇ ਹੀ ਚਾਚਾ ਫੱਗੋ ਨੇ ਸੁਣਿਆ ਉਹ ਗੁਰੂ ਸਾਹਿਬ ਜੀ ਕਿੱਦਾਂ ਦੇ ਨੇ ਭਾਈ ਦੱਸੋ ਦੱਸਣ ਵਾਲੇ ਨੇ ਫਿਰ ਦੱਸਿਆ ਐ ਦੱਸਦੇ ਨੇ ਭਾਈ ਤੱਕ ਤੱਕ ਸ਼ਾਨਾ ਘਰ ਘਰ ਦਰਸ਼ਨ ਰਾਜ ਦੇ ਨੈਣਾ ਤੱਕ ਤੱਕ ਸ਼ਾਨਾ ਘਰ ਘਰ ਦਰਸ਼ਨ ਰਾਜ ਦੇ ਨੈਣਾ ਬਾਬਾ ਤੱਕ ਸ਼ਾਨਾ
कर कर दर्शन रज दे नैनना तक तक शाना कर कर दर्शन रज दे नैनना। एक बारी नेत्र बंद करके ध्यान जोड़ के बड़े प्यार विच ध्यान जोड़ो, गुरु साहब जी की मूर्त लैके आओ। किन्ने प्यारे ने, किन्ना आनंद है गुरु के दर्शनां विच। तक तक शाना कर कर दर्शन रज दे नैनना, तक तक शाना कर कर दर्शन रज दे सारे बोले हो जरा जथा नाल बोले। तक तक शाना कर कर दर्शन रज दे नैनना, बोलो तक तक कर कर दर्शन रज दे नैनना। खुल के की मैं सिफत करा गुर अपने दे दरबार दी, अपने दे दरबार दी। तक तक शाना कर कर दर्शन रज दे नैनना, तक तक शाना कर कर दर्शन रज दे नैनना। ऐसा आनंद है जी, गुरु साहब इन्ने सुंदर सोहने ने दर्शन देख जीवा, गुर तेरा पूरन कर्म होए प्रभ मेरा। जी करदा देखी जाइए साध संगत, कहिंदे चाचा फग्गो दे अंदर इन्ना चा पैदा हो गया, एक जुड़िया होवे सारे पिंड नूं बाणी नाल जोड़ दिंदा। चंदन दा फुल इक्को ही हुंदा है, चंदन दा बूटा इक्को ही हुंदा है जंगल विच, पर सारे जंगल चों चंदन दी महक आउंदी है। इसे तरीके नाल एरिए विच महापुरश इक्को ही हुंदे ने, सारे एरिए नूं गुरु ग्रंथ साहिब दी बाणी नाल जोड़दे। कहिंदे जिवें चंदन दा बूटा बड़ी मेहनत नाल 12-12 साल मेहनत बाद बनदा ना, रब दे प्यारे भी 12-12 साल बंदगी करके फिर जाके जोड़दे ने। पर कबीर साहब जी ने एक इत्थे शंका कीता है, शंका यह कीता वी जिहड़े लोक है ना, लोक महापुरशां दे कोल रह के भी महापुरशां नूं पछाणदे नहीं, वह कोल रह के भी कही जाणगे लो जी जाणदे आ बाबा जी साडे पिंड दे ही ने। बाबियां दे कोल रह के भी बाबियां दी निंदिया, बाबियां कोल रह के भी बाबियां दे पिट पिछे मूँह पिछे होर ते पिट पिछे होर। ऐसियां नूं कहा कबीर बांस बढ़ाई बुढ़िया, इत मत डूबो कोई चंदन कै निकटै वसै बांस सुगंध ना होई। कहिंदे इहो जे लोक गुरु तों वी कुछ नहीं लै पाउंदे ते महापुरशां तों वी कुछ नहीं लै पाउंदे।
ਜਿਹੜੇ ਬਾਂਸ ਵਾਲੀ ਬਿਰਤੀ ਰੱਖਦੇ ਨੇ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧ ਸਰ ਸਿਓੜੇ ਵਾਲੇ ਇੱਕ ਧਾਰਨਾ ਪੜ੍ਹਦੇ ਨੇ ਮੈਂ ਇੱਕੋ ਵਾਰੀ ਪੜ੍ਹਾਂਗਾ ਕਹਿੰਦੇ ਐ ਸਤਸੰਗੀ ਜਣੋ ਬੀਬੀਆਂ ਭੈਣਾਂ ਵੀਰ ਭਾਈ ਦੇਖਿਓ ਕਿਤੇ ਬਾਂਸ ਵਾਲੀ ਬਿਰਤੀ ਨਾ ਰੱਖ ਕੇ ਆਇਓ ਗੁਰੂ ਕੋਲ ਨੀਵੇਂ ਹੋ ਕੇ ਆਇਓ ਗੁਰੂ ਕੋਲ ਉੱਚੇ ਨਾ ਹੋ ਕੇ ਆਇਓ ਕਿਉਂ ਪੈੜੇ ਬਾਂਸ ਚੋਂ ਸੁਗੰਧ ਨਾ ਜੀ ਆਵੇ ਮਾਰ ਲਿਆ ਈਰ ਖਾਨ ਬਾਂਸ ਬਣਨਾ ਕੀ ਚੰਦਨ ਵਾਲੀ ਬਿਰਤੀ ਰੱਖਣੀ ਇਸੇ ਕਰਕੇ ਕਈ ਦਾ ਭਾਈ ਗੁਰਦੁਆਰੇ ਗਏ ਸੀ ਹਾਂਜੀ ਗਏ ਸੀ ਕੀਰਤਨ ਸੁਣਿਆ ਸੀ ਹਾਂਜੀ ਸੁਣਿਆ ਸੀ ਕੀ ਸੁਣਿਆ ਕਹਿੰਦੇ 400 ਸਾਲਾ ਸ਼ਤਾਬਦੀ ਮਨਾ ਕੇ ਆਏ ਆ ਹੁਣ ਤੇਰਾ ਮਨ ਕਰਦਾ ਵੀ ਮੈਂ ਸ਼ਰਾਬ ਛੱਡ ਦਿਆਂ ਕਹਿੰਦਾ ਉਹ ਤੇ ਨਹੀਂ ਕਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਬਾਂਸ ਵਾਲੀ ਬਿਰਤੀ ਹੋਈ ਨਾ ਕਿਉਂਕਿ ਗੁਰੂ ਨੂੰ ਵੱਡਿਆ ਵੱਡਿਆ ਨਹੀਂ ਸਮਝਿਆ ਇਹ ਬਾਂਸ ਵਾਲੀ ਬਿਰਤੀ ਰੱਖ ਕੇ ਆਪਣੇ ਆਪ ਨੂੰ ਵੱਡਾ ਸਮਝਦਾ ਜਦੋਂ ਗੁਰੂ ਨੂੰ ਵੱਡਾ ਸਮਝੇਗਾ ਫਿਰ ਬਾਣੀ ਕਹਿੰਦੀ ਆ ਪੜਿਓ ਜਰਾ ਜਿਹਨੂੰ ਸੁਖਮਨੀ ਸਾਹਿਬ ਆਉਂਦਾ ਗੁਰ ਕੀ ਮਤ ਤੋਂ ਲੇਹ ਆਣੇ ਗੁਰੂ ਦੀ ਮਤ ਲੈ ਕਿਉਂ ਭਗਤ ਬਿਨਾ ਬਹੁ ਡੁੱਬੇ ਸਿਆਣੇ ਸਿਆਣੇ ਬੰਦੇ ਡੁੱਬ ਗਏ ਇੱਥੇ ਪਰ ਜਿਹੜੇ ਰੱਬ ਦੇ ਪਿਆਰੇ ਸੀ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲੇ ਉਹ ਕਿੱਦਾਂ ਦੇ ਸੀ ਕਹਿੰਦੇ ਜਿਵੇਂ ਇੱਕ ਲੱਕੜ ਤੁਰੀ ਜਾ ਰਹੀ ਹੈ ਲੱਕੜ ਦਾ ਇੱਕ ਟੁਕੜਾ ਨਹਿਰ ਵਿੱਚ ਰੁੜਿਆ ਜਾ ਰਿਹਾ ਇੱਕ ਕਿਸ਼ਤੀ ਹੈ ਦੋਨਾਂ ਨੇ ਗੱਲਾਂ ਕੀਤੀਆਂ ਆਪਣੇ ਆਪ 'ਚ ਸੁਣਿਓ ਜਰਾ ਜਿਹੜੀ ਕਿਸ਼ਤੀ ਹੈ ਉਹ ਲੱਕੜ ਦੇ ਟੁਕੜੇ ਨੂੰ ਕਹਿੰਦੀ ਹੈ ਤੂੰ ਵੀ ਲੱਕੜ ਹੈ ਤੇ ਮੈਂ ਵੀ ਲੱਕੜ ਆ ਜਿਹੜੀ ਰੁੜੀ ਜਾ ਰਹੀ ਹੈ ਉਹ ਕਹਿੰਦੀ ਕਿਸ਼ਤੀ ਨੂੰ ਤੂੰ ਵੀ ਲੱਕੜ ਹੈ ਤੇ ਮੈਂ ਵੀ ਲੱਕੜ ਆ ਕਹਿੰਦੇ ਤੇਰੇ ਵਿੱਚ ਸਵਾਰੀਆਂ ਬੈਠੀਆਂ ਤੇਰੇ ਤੇ ਝੰਡੀਆਂ ਲੱਗੀਆਂ ਤੇਰੇ ਤੇ ਰੰਗ ਲੱਗਿਆ ਮੈਂ ਵੀ ਤਾਂ ਲੱਕੜ ਹਾਂ ਮੇਰੀ ਤੇ ਬੇਅਦਬੀ ਬੜੀ ਹੈ ਮੈਂ ਤੇ ਐ ਰੁੜੀ ਜਾ ਰਹੀ ਹਾਂ ਕਹਿੰਦੇ ਕਿਸ਼ਤੀ ਨੇ ਜਵਾਬ ਦਿੱਤਾ ਕਹਿੰਦੇ ਹੈ ਤੂੰ ਵੀ ਲੱਕੜ ਹੈ ਤੇ ਹੈ ਮੈਂ ਵੀ ਲੱਕੜ ਹੀ ਹਾਂ ਪਰ ਗੱਲ ਇਹ ਆ ਵੀ ਮੈਨੂੰ ਕੋਈ ਕਾਰੀਗਰ ਮਿਲ ਗਿਆ ਮੈਨੂੰ ਕੋਈ ਕਾਰੀਗਰ ਜਿਹਨੂੰ ਕਾਰੀਗਰ ਨਹੀਂ ਮਿਲਿਆ ਰੱਬ ਦਾ ਪਿਆਰਾ ਕੋਈ ਕਾਰੀਗਰ ਨਹੀਂ ਨਾ ਮਿਲਿਆ ਉਨੀ ਦੇਰ ਤੱਕ ਤਰਾਸ਼ੇ ਨਹੀਂ ਗਏ ਜਬ ਤਰਾਸ਼ੇ ਨਾ ਥੇ ਤਬ ਪੱਥਰ ਥੇ ਜਬ ਤਰਾਸ਼ੇ ਤਬ ਭਗਵਾਨ ਬਣ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਦੇ ਪਿਆਰੇ ਪੱਥਰਾਂ ਵਿੱਚੋਂ ਵੀ ਰੱਬ ਦਾ ਰੂਪ ਪ੍ਰਗਟ ਕਰ ਦਿੰਦੇ ਅਸੀਂ ਪੱਥਰ ਹਿਰਦਾ ਆਂ ਪਰ ਸਾਨੂੰ ਘੜ ਘੜ ਕੇ ਆ ਭਾਈ ਬੈਠਿਆ ਕਰ ਕੀਰਤਨ ਵਿੱਚ ਕੀਰਤਨ ਸੁਣਿਆ ਕਰ ਇੱਕ ਬੰਦਾ ਸ਼ਰਾਬ ਨਾ ਛੱਡੇ ਉਹਨੇ ਕੁਰਾਲੀ ਸ਼ਹਿਰ 'ਚ ਰੌਲਾ ਪਾ ਤਿਆ ਕਹਿੰਦਾ ਕੋਈ ਨਹੀਂ ਜੰਮਿਆ ਮੈਨੂੰ ਸ਼ਰਾਬ ਛਡਾਉਣ ਵਾਲਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸੰਤ ਬਾਬਾ ਸਰੂਪ ਸਿੰਘ ਜੀ ਮਹਾਂਪੁਰਸ਼ਾਂ ਦੇ ਦੀਵਾਨ ਲੱਗੇ ਉਹ ਚਲੋ ਬੰਦਾ ਮਿਲ ਗਿਆ ਉਹਦੀ ਘਰਵਾਲੀ ਕਹਿੰਦੀ ਹੈ ਜੀ ਇਹ ਕਹਿੰਦਾ ਵੀ ਕੋਈ ਨਹੀਂ ਜੰਮਿਆ ਮੇਰੀ ਸ਼ਰਾਬ ਛਡਾਉਣ ਵਾਲਾ ਤੇ ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ ਭਾਈ ਇਹ ਬਾਂਸ ਬਣਿਆ ਹੋਇਆ
ਜੇ ਬਾਂਸ ਬਣਿਆ ਇਹਨੂੰ ਬਾਂਸ ਬਣਿਆ ਰਹਿਣ ਦਿਓ। ਮਹਾਂਪੁਰਸ਼ਾਂ ਨੇ ਫਿਰ ਐਂ ਕਿਹਾ, ਕਹਿੰਦੇ ਐਂ ਕਰ, 21 ਦਿਨ ਤੂੰ ਕੁਛ ਨਹੀਂ ਕਰਨਾ, 21 ਦਿਨ ਸ਼ਰਾਬ ਨਹੀਂ ਪੀਣੀ, ਬਾਅਦ ਚ ਪੀ ਲਈ ਸ਼ਰਾਬ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦਾ ਬਾਅਦ ਚ ਪੀ ਲਾਂਗੇ, ਇਹ ਪਹਿਲਾ ਬਾਬਾ ਮਿਲਿਆ ਜਿਹੜਾ ਕਹਿੰਦਾ ਬਾਅਦ ਚ ਪੀ ਲਈ। ਉਹਨੇ 21 ਦਿਨ ਭਾਂਡੇ ਮਾਂਜਣ ਦੀ ਸੇਵਾ ਸ਼ੁਰੂ ਕਰ ਦਿੱਤੀ। ਪਹਿਲੇ ਦਿਨ ਤੋੜ ਲੱਗੀ, ਦੂਜੇ ਦਿਨ, ਤੀਜੇ ਦਿਨ, 21ਵੇਂ ਦਿਨ ਮਹਾਂਪੁਰਸ਼ਾਂ ਕੋਲ ਆਇਆ। ਕਹਿੰਦਾ ਬਾਬਾ ਜੀ ਤੁਸੀਂ ਬੜੇ ਚਲਾਕ ਹੋ। ਕਹਿੰਦੇ ਕਿਉਂ? ਕਹਿੰਦੇ ਤੁਹਾਨੂੰ ਪਤਾ ਸੀ ਵੀ ਤੋੜ 10-12 ਦਿਨ ਹੀ ਲੱਗਣੀ, ਮੁੜ ਕੇ ਫਿਰ ਗੱਡੀ ਲੀਹ ਤੇ ਆ ਜਾਣੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਸਿੱਧੀ ਸ਼ਰਾਬ ਨਹੀਂ ਛਡਾਈ, ਕਹਿ ਵੀ ਦਿੱਤਾ ਵੀ ਸ਼ਰਾਬ ਪੀ ਲਈ, ਪਰ 21 ਦਿਨ ਭਾਂਡੇ ਮਾਂਜਣ ਦੀ ਸੇਵਾ ਕਰਿਆ ਕਰ। ਜੁਗਤੀ ਹੁੰਦੀ ਰੱਬ ਦੇ ਪਿਆਰਿਆਂ ਕੋਲ। ਕਹਿੰਦੇ ਨੇ ਚਾਚਾ ਫੱਗੋ ਨੇ ਸਾਰੇ ਪਿੰਡ ਨੂੰ ਕਿਹਾ, ਦੁਨੀਆਂ ਦੇ ਲੋਕੋ, ਜੇ ਤੁਹਾਡੇ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਆਏ, ਤੁਸੀਂ ਮੌਕੇ ਤੇ ਕੀ ਦੁੱਧ ਲੈ ਕੇ ਆਓਗੇ, ਮੌਕੇ ਤੇ ਵਸਤਰ ਲੈ ਕੇ ਆਓਗੇ? ਪਹਿਲੇ ਤਿਆਰੀ ਕਰ ਲਓ। ਹਰ ਘਰ ਵਿੱਚ ਚਾਚਾ ਫੱਗੋ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਸਣ ਲਵਾ ਦਿੱਤਾ ਤੇ ਲੋਕਾਂ ਨੇ ਇੰਤਜ਼ਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹਜੇ ਇਹ ਵੀ ਨਹੀਂ ਪਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੇਖਣ ਨੂੰ ਕਿੱਦਾਂ ਦੇ ਨੇ, ਉਹਨਾਂ ਦਾ ਚਿਹਰਾ ਕਿੱਦਾਂ ਦਾ ਹੈ, ਪਰ ਇੰਤਜ਼ਾਰ ਕਰਨੀ ਸ਼ੁਰੂ ਹੋ ਗਈ। ਆਇਆ ਸਮਾਂ ਜਦੋਂ ਗੁਰੂ ਸਾਹਿਬ ਜੀ ਇਸ ਏਰੀਏ ਚੋਂ ਲੰਘ ਰਹੇ ਸੀ। ਚਾਚਾ ਫੱਗੋ ਬਾਹਰ ਬਾਗ ਚ ਬੈਠਾ ਯਾਦ ਕਰਦਾ, ਬੜੀ ਸੋਹਣੀ ਕੋਠੀ ਬਣਾਈ, ਕੋਠੀ ਵੱਲ ਦੇਖ ਕੇ ਕਹਿੰਦਾ ਮੈਂ ਵੀ ਇਸ ਕੋਠੀ ਚ ਨਹੀਂ ਜਾਣਾ। ਮਹਾਰਾਜ ਜੀ ਜਿੰਨੀ ਦੇਰ ਤੱਕ ਤੁਸੀਂ ਇਸ ਕੋਠੀ ਚ ਨਹੀਂ ਆਉਂਦੇ, ਉਨੀ ਦੇਰ ਤੱਕ ਮੈਂ ਵੀ ਇਸ ਕੋਠੀ ਵਿੱਚ ਨਹੀਂ ਜਾਣਾ। ਉਹ ਕੋਠੀ ਕਿੱਦਾਂ ਦੀ ਬਣਾਈ ਸੀ? ਕਹਿੰਦੇ ਉਹਦਾ ਦਰਵਾਜ਼ਾ ਬੜਾ ਵੱਡਾ ਬਣਾਇਆ ਸੀ, ਜੇ ਗੁਰੂ ਸਾਹਿਬ ਆਉਣ ਤੇ ਘੋੜੇ ਸਮੇਤ ਹੀ ਅੰਦਰ ਚੱਲ ਜਾਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੂੰ ਘੋੜੇ ਤੋਂ ਉਤਰਨਾ ਨਾ ਪਵੇ, ਘੋੜੇ ਸਮੇਤ ਹੀ, ਜਿਵੇਂ ਕਹੀਦਾ ਨਾ ਗੱਡੀ ਸਮੇਤ ਹੀ ਬੰਦਾ ਅੰਦਰ ਚੱਲ ਜੇ, ਐ ਸਮਝ ਲਓ। ਤੇ ਗੁਰੂ ਤੇਗ ਬਹਾਦਰ ਸਾਹਿਬ ਲਈ ਵੱਡਾ ਸਾਰਾ ਦਰਵਾਜ਼ਾ ਬਣਾਇਆ ਸੀ ਵੀ ਮਹਾਰਾਜ ਨੂੰ ਦਰਵਾਜ਼ੇ ਤੋਂ ਥੱਲੇ ਉਤਰਨਾ ਨਾ ਪਵੇ। ਆਸਣ ਲਾਇਆ ਸੀ ਤੇ ਬਾਹਰ ਬੈਠਾ ਗੁਰੂ ਸਾਹਿਬ ਜੀ ਨੂੰ ਯਾਦ ਕਰਦਾ ਸੀ। ਤੇ ਸਾਧ ਸਿੰਘ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਵੇਲੇ ਕਿਹਾ ਸਾਨੂੰ ਛੇਤੀ ਦੇਣੇ ਜਾਣਾ। ਮਹਾਰਾਜ ਦੇ ਜੀਵਨ ਚ ਕੋਈ ਕਾਹਲੀ ਨਹੀਂ ਸੀ, ਗੁਰੂ ਸਾਹਿਬ ਬੜੇ ਸਹਿਜ ਵਿੱਚ ਰਹਿੰਦੇ ਸੀ। ਕਹਿੰਦੇ ਮਾਤਾ ਗੁਜਰ ਕੌਰ ਜੀ ਬੇਨਤੀ ਕੀਤੀ, ਮਹਾਰਾਜ ਜੀ ਇੰਨੀ ਕਾਹਲੀ ਅੱਜ ਕਿੱਥੇ ਕੀਤੀ ਹੈ, ਕਿੱਥੇ ਜਾਣਾ? ਕਹਿੰਦੇ ਮੈਨੂੰ ਖਿੱਚਾਂ ਪਾ ਲਈਆਂ ਪ੍ਰੇਮ ਦੀਆਂ, ਮੈਂ ਪ੍ਰੇਮ ਦੀਆਂ ਖਿੱਚਾਂ ਪੈ ਗਈਆਂ, ਹੁਣ ਮੈਨੂੰ ਜਾਣਾ ਪੈਣਾ। ਮਹਾਰਾਜ ਨੇ ਕਹਿੰਦੇ ਤੁਸੀਂ ਮਗਰ ਮਗਰ ਸਸਰਾਮ ਆ ਜਾਓ। ਆਪ ਗੁਰੂ ਸਾਹਿਬ ਘੋੜੇ ਦੀ ਸਵਾਰੀ ਕੀਤੀ, ਲਗਾਮ ਖਿੱਚੀ ਤੇ ਸਸਰਾਮ ਵੱਲ ਚੱਲ ਪਏ। ਤੇ ਸਾਧ ਸਿੰਘ ਇੱਧਰ ਅੱਖਾਂ ਬੰਦ ਕਰਕੇ ਕਹਿੰਦਾ ਮਹਾਰਾਜ ਪਤਾ ਨਹੀਂ ਹੁਣ ਅਗਲਾ ਸਾਹ ਆਉਣਾ ਕੇ ਨਹੀਂ ਆਉਣਾ, ਇੰਤਜ਼ਾਰ ਬਹੁਤ ਲੰਬਾ ਹੋ ਗਿਆ, ਪਰ ਕਿਰਪਾ ਕਰੋ ਇੱਕ ਵਾਰੀ ਜੀ ਆ ਜਾਓ ਰਾਮ ਜੀ, ਇੱਕ ਵਾਰੀ ਜੀ ਆ ਜਾਓ ਸਤਿਗੁਰ ਜੀ, ਇੱਕ ਵਾਰੀ ਆ ਜਾਓ ਸਤਿਗੁਰ ਜੀ, ਇੱਕ ਵਾਰੀ ਜੀ ਆ ਜਾਓ ਸਤਿਗੁਰ ਜੀ, ਇੱਕ ਵਾਰੀ ਜੀ ਇੱਕ ਵਾਰੀ। ਅੱਜ ਵੀ ਕਹਿ ਦਈਏ ਅਸੀਂ ਮਹਾਰਾਜ, ਸਾਡੀ ਵੀ ਇਹੀ ਅਰਦਾਸ ਹੈ, ਭਾਵੇਂ ਬਾਹਰੋਂ ਪੜੀਏ, ਕੀ ਪਤਾ ਅੰਦਰੋਂ ਵੀ ਆਵਾਜ਼ ਆ ਜੇ। ਇੱਕ ਵਾਰੀ ਜੀ ਆ ਜਾਓ ਸਤਿਗੁਰ ਜੀ, ਇੱਕ ਵਾਰੀ
साध संगत महाराज ने घोड़े समेत बिना दसिया बिना पुछिया गुरु नूं दसण दी लोड़ नहीं विण बोलिया सब किछ जानदा महाराज जी सीधा ही चाचा फग्गो दे घर दे विच जाके महाराज ने घोड़े समेत ही पौड़ा मार के आवाजा मारनिया शुरू कर दित्तिया। कहिंदे चाचा फग्गो बाहर बैठा सी, कहिंदे चाचा जी अंदर कोई आया, ओहदे चेहरे ते बड़ा नूर है, घोड़े ते सवार है, ते महाराज दे बारे ओ इंटरव्यू कह लो जां फिर इंट्रोडक्शन दे रहा आ। ओह बड़े सोहणे ने, उहनां दे नैण नक्श बड़े सोहणे ने, जाओ ते सी देखो ते सी की पता सतगुरी ना होण। आखो सतनाम श्री वाहिगुरु। जदों चाचा फग्गो भज्जिया भज्जिया गया ते साध संगत अंदर की देखिया, गुरु तेग बहादुर साहब घोड़े ते सवार ने, ते चेहरे दा नूर जिहड़ा चलिया नहीं जा रहा, पर मन विच शंका है कि यही ते नहीं गुरु तेग बहादुर साहब, किते मैं गलत ना पछाण ला, कोई गलत बंदे नूं गुरु दा खिताब ना दे दिया। ये मन विच शंका लैके खड़िया, पर गुरु साहब जी घट घट के अंतर की जानत भले बुरे की पीर पछाण महाराज जानदे सी। ते साध संगत गुरु साहब जी ने ना उस वेले चाचा फग्गो नूं एक गल कही, सुनियो जरा वो गल की सी। कहिंदे फग्गो नाम बोल के, फग्गो एक ते प्रण कर लिया, प्रण कर लिया, घर बना लिया, घर बना के प्रण भी कर लिया, जिनी देर तक तुसी आउंदे नहीं उन्नी देर तक मैं भी घर विच नहीं जाना। प्रण कर लिया, ये भी नहीं सोचिया भी असी इन्नी दूरों चल के किवें आवांगे, प्रण भी सानू बिना पुछिया कर लिया। कहिंदे बस इन्ना कहण दी देर सी, चाचा फग्गो ने भुब्बा मार मार के गुरु साहब जी दे चरण धो दिते। कहिंदे जिहदियां उड़ीकां करदे सी अज ओह सतगुरु जी अखां दे सामने खलोते बोले गुरु नानक दा कर है, जो मांगे ठाकुर अपने ते सोई सोई देवे। मारे कहने मंग की मंग दे, ते उस वेले चाचा फग्गो ने दोवें हाथ जोड़ के किया, महाराज जी हुण अखीरला वेला, पता नहीं अगला साह आउणा नहीं, मैनू अपने चरणा नाल ही जोड़ दो। अज भी उह गुरुद्वारा चाचा फग्गो मल दे नाम ते है ससराम च। महाराज कहने मेरे नाम ते नहीं, तेरे नाम ते। गुरु साहब जी इत्थे रहे, काफी देर पड़ा कीता, जदों गुरु साहब जान लगे ना, महाराज कहिंदे मेरा दसवंध किथे है, उन्हें सारा दसवंध लिया के रख दिता। एक चीज रह गई है फग्गो, गुरु दा दसवंध कदी भी लकोई दा नहीं हुंदा, दसवंध लैके आ। महाराज मैं सब कुछ तुहानू भेटा कर दिता। ते साध संगत उस वेले गुरु साहब कहिंदे ने ਉਹ ਸਾਹਮਣੇ ਬੇਰ ਲੱਗੇ ਨੇ, ਉਹ ਕਿੱਥੋਂ ਲੈ ਕੇ ਆਇਆ ਸੀ? ਆਖੋ ਸਤਨਾਮ ਸ੍ਰੀ ਵਾਹ, ਮੇਰੀ ਤੇ ਬੇਰ ਲੱਗੇ ਤੋੜ ਕੇ ਲੈ ਕੇ ਆਇਆ। ਕਹਿੰਦੇ ਗੁਰੂ ਸਾਹਿਬ ਜੀ ਦੇ ਚਰਨਾਂ ਚ ਢਹਿ ਕੇ ਕਿਹਾ, ਮਹਾਰਾਜ
ਜਦੋਂ ਮੈਂ ਘਰ ਘਰ ਜਾ ਕੇ ਦਸਵੰਧ ਇਕੱਠਾ ਕਰਦਾ ਸੀ ਨਾ ਤੇ ਇੱਕ ਬੀਬੀ ਨੂੰ ਕਿਹਾ ਗੁਰੂ ਦਾ ਦਸਵੰਧ ਦੇ ਭੈਣੇ ਤੇ ਸਾਧ ਸੰਗਤ ਅੱਗੋਂ ਉਹਨੇ ਕੂੜਾ ਇਕੱਠਾ ਕਰਕੇ ਤੇ ਮੇਰੀ ਝੋਲੀ ਵਿੱਚ ਪਾ ਦਿੱਤਾ। ਕਹਿੰਦੇ ਮੈਂ ਕੂੜਾ ਵੀ ਇਹ ਸਮਝ ਲਿਆ ਇਹ ਕੂੜਾ ਨਹੀਂ ਹੈ, ਇਹ ਕੂੜਾ ਵੀ ਗੁਰੂ ਨਾਨਕ ਦੇ ਘਰ ਦੇ ਗੁਰੂ ਦੇ ਪਿਆਰਿਆਂ ਦੀ ਸੰਗਤਾਂ ਦੇ ਘਰੋਂ ਕੂੜਾ ਵੀ ਬੜੀ ਬਖਸ਼ਿਸ਼ਾਂ ਲੈ ਕੇ ਆਉਂਦਾ। ਕਹਿੰਦੇ ਮੈਂ ਕੂੜਾ ਫਲੋਰਿਆ ਵਿੱਚੋਂ ਵੇਰ ਦਾ ਗਿੱਟ ਕੇ ਨਿਕਲਿਆ, ਕਹਿੰਦੇ ਮੈਂ ਉਹ ਆ ਕੇ ਆਪਣੇ ਵਿਹੜੇ ਵਿਹੜੇ ਦੇ ਵਿੱਚ ਲਾ ਦਿੱਤਾ ਤੇ ਅੱਜ ਉਸ ਬੂਟੇ ਤੋਂ ਸਾਧ ਸੰਗਤ ਗੁਰੂ ਸਾਹਿਬ ਨੂੰ ਫਿਰ ਭੇਟਾ ਕੀਤਾ ਤੇ ਮਹਾਰਾਜ ਨੂੰ ਸਾਸ ਨਮਸਕਾਰ ਕੀਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਖੁਸ਼ੀਆਂ ਲਈਆਂ। ਮਹਾਰਾਜ ਕਹਿੰਦੇ ਨੇ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਯਾਦ ਕਰਨਗੀਆਂ ਜੇ ਗੁਰੂ ਨਾਲ ਪਿਆਰ ਕਰਨਾ ਤੇ ਐਂ ਕਰੋ ਜਿਵੇਂ ਚਾਚਾ ਫੱਗੋ ਮੱਲ ਨੇ ਕੀਤਾ। ਆਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰੂ ਸਾਹਿਬ ਜੀ ਐਂ ਫੁਰਮਾਨ ਕਰਦੇ ਨੇ, ਇਹ ਐਸੇ ਸਤਿਗੁਰ ਨੇ ਜਿਨ੍ਹਾਂ ਦਾ ਨਾਮ ਲਓ ਨਾ ਉਹਨਾਂ ਦੇ ਨਾਮ ਵਿੱਚ ਹੀ ਇੰਨੀ ਬਰਕਤ ਹੈ। ਪੜ੍ਹੋ ਜਰਾ ਫਿਰ ਸਮਾਪਤੀ ਦਾਸ ਵੱਲੋਂ। ਤੇਗ ਬਹਾਦਰ ਸਿਮਰਿਆ ਐਸੇ ਸਤਿਗੁਰ ਜੀ ਉਹਨਾਂ ਦੇ ਪਿਆਰ ਦੀ ਹਾਜ਼ਰੀ ਹੈ। ਸਾਰੇ ਬੋਲਿਓ ਭਾਈ
ਸਤਿਗੁਰਾਂ ਦੇ ਸੰਗਤਾਂ ਸਭ ਸੰਗਤਾਂ ਨੂੰ ਅੱਧਾ ਅੱਧਾ ਗੱਜ ਕੇ ਸਭ ਸਾਰੀਆਂ ਸੰਗਤਾਂ ਨੂੰ ਸੰਤ ਬਾਬਾ ਬਲਜੀਤ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਦਾਸ ਵੱਲੋਂ ਸੰਤ ਬਾਬਾ ਸਰੂਪ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਧੰਨ ਧੰਨ ਨਵੇਂ ਪਾਤਸ਼ਾਹ ਤੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲੇ ਪ੍ਰਕਾਸ਼ ਪੁਰਬ ਦੀਆਂ ਲੱਖ 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 ਵਧਾਈਆਂ ਹੋਣ। ਬੋਲੇ ਸਾਹਿਬ ਜੀ ਦੇ ਉਪਦੇਸ਼ਾਂ ਦਾ ਪਾਲਣ ਕਰੀਏ ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ। ਜਿੱਥੇ ਪ੍ਰਾਈਮ ਉਪਦੇਸ਼ ਹੈ ਨੌਵੇਂ ਪਾਤਸ਼ਾਹ ਦੇ ਸਲੋਕ ਪੜ੍ਹੋ ਨਾ ਅਤੇ ਬਾਰ ਬਾਰ ਆਹ ਪੰਗਤੀ ਆਉਂਦੀ ਕਹੋ ਨਾਨਕ ਹਰ ਭਜ ਮਨਾ, ਕਹੋ ਨਾਨਕ ਹਰ ਭਜ ਮਨਾ। ਤੁਸੀਂ ਪੜ੍ਹ ਕੇ ਦੇਖਿਓ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ, ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕਹੋ। ਬਾਰ ਬਾਰ ਆਉਂਦਾ, ਭਜਨ ਕਰੋ, ਜਾਪ ਕਰੋ। ਸੰਤ ਬਾਬਾ ਕਿਰਪਾਲ ਸਿੰਘ ਜੀ ਸੰਤ ਮਹਾਰਾਜ ਜੀ ਨੇ ਇੰਨਾ ਭਜਨ ਕੀਤਾ, ਅੱਜ ਦੇਖ ਲਓ ਉਹਨਾਂ ਦੀ ਬਰਕਤਾਂ ਇੰਨੀਆਂ ਫੈਲੀਆਂ ਨੇ, ਮਹਾਂਪੁਰਸ਼ ਵਰਤਾ ਰਹੇ ਨੇ। ਇਹ ਸ਼ਬਦ ਦੀ ਬਰਕਤ ਹੈ, ਸਾਧ ਸੰਗਤ ਅਸੀਂ ਵਰਤਾਉਂਦਿਆਂ ਤੇ ਥੱਕ ਜਾਵਾਂਗੇ, ਪਰ ਇਹ ਬਰਕਤਾਂ ਕਦੀ ਇਸ ਸਥਾਨ ਤੋਂ ਮੁੱਕਣੀਆਂ ਹੀ ਨਹੀਂ। ਇਹ ਐਡੀਆਂ ਉਹਨਾਂ ਨੇ ਜਪ ਤਪ ਕਰਕੇ ਦਿਨ ਰਾਤ ਭਜਨ ਕਰਕੇ ਸਾਡੀ ਝੋਲੀ ਵਿੱਚ ਰਹਿਮਤਾਂ ਪਾਈਆਂ ਨੇ। ਸੋ ਆਓ, ਇਹ ਗੁਰੂ ਨਾਨਕ ਦਾ ਘਰ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਦ ਸਵਾਮੀ ਸੰਧਾ ਸਾਡੇ ਢਹਿਣ ਵਿੱਚ ਤੇ ਦੇਰੀ ਹੈ, ਅਸੀਂ ਸੋਚੀਏ ਕੱਲ ਅੰਮ੍ਰਿਤ ਛਕ ਲਾਂਗੇ ਪਰਸੋਂ, ਪਰ ਗੁਰੂ ਦੇ ਬਖਸ਼ਣ ਵਿੱਚ ਕੋਈ ਦੇਰੀ ਨਹੀਂ। ਅੱਜ ਵੀ ਇਸ ਸਥਾਨ ਤੇ ਅੰਮ੍ਰਿਤ ਸੰਚਾਰ ਮਹਾਂਪੁਰਸ਼ਾਂ ਵੱਲੋਂ ਜੋ ਪੰਜ ਪਿਆਰਿਆਂ ਨੂੰ ਚਰਨਾਂ 'ਚ ਬੇਨਤੀ ਕਰਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਬੁਲਾਇਆ ਗਿਆ, ਇਸ ਸਥਾਨ ਤੇ ਪੰਜ ਪਿਆਰਿਆਂ ਦੇ ਚਰਨ ਪਏ ਨੇ। ਆਖੋ ਸਤਨਾਮ, ਤਿੰਨਾਂ ਨੂੰ ਵੀ ਜੀ ਆਇਆ, ਚਰਨਾਂ ਤੇ ਨਮਸਕਾਰ ਹੈ ਜਿੰਨੇ ਕਦਮ ਆਪ ਜੀ ਆਏ ਹੋ। ਆਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਮਹਾਰਾਜ, ਜਿਹੜੀ ਸ਼ਾਂਤੀ, ਪੀਸ ਆਫ ਮਾਇੰਡ ਆਪ ਜੀ ਦੇ ਅੰਦਰ ਆਨੰਦ, ਉਹ ਆਪ ਜੀ ਨੇ ਸੰਸਾਰ ਨੂੰ ਵਰਤਾਇਆ। ਅੱਜ ਵੀ ਸੰਸਾਰ ਤੜਫ ਰਿਹਾ, ਸਾਡੇ ਹਿਰਦਿਆਂ ਵਿੱਚ ਵੀ ਸ਼ਾਂਤੀ ਪੈਦਾ ਕਰ ਦਿਓ ਮਹਾਰਾਜ। ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਕਿਰਪਾ ਕਰਨ, ਸਭ ਦੀ ਝੋਲੀਆਂ ਭਰਨ, ਦੋਵੇਂ ਹੱਥ ਜੋੜੋ, ਸੀ ਝੁਕਾਓ, ਸਤਿਗੁਰੂ ਜੀ ਦੇ ਚਰਨਾਂ ਵਿੱਚ ਦਿਨ ਰਾਤ ਮੰਗੋ, ਅੱਜ ਬੜੀ ਲੋੜ ਹੈ। ਕਿਹੜੀ ਮੰਗ? ਗੱਜ ਵੱਜ ਕੇ ਬੋਲੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮਹਾਂਪੁਰਸ਼ਾਂ ਦਾ ਬਹੁਤ ਧੰਨਵਾਦ ਹੈ। ਅੱਜ 26 ਸ਼੍ਰੀ ਖੰਡਪੜ ਸਾਹਿਬ ਮਮਦੋੜ ਚੱਲਦੇ ਸੀ ਫਿਰੋਜ਼ਪੁਰ, ਸੰਤ ਬਾਬਾ ਸਰੂਪ ਸਿੰਘ ਜੀ ਮਹਾਂਪੁਰਸ਼ਾਂ ਤੋਂ ਰਾਤੀ ਦਾਸ ਛੁੱਟੀ ਲੈ ਕੇ ਫਿਰੋਜ਼ਪੁਰ ਤੋਂ ਇੱਥੇ ਪਹੁੰਚੇ। ਹੋਰ ਬੜੇ ਹੀ ਪਿਆਰ ਨਾਲ ਸੱਦਾ ਆਇਆ ਸੀ ਬਾਬਾ ਜੀ ਦਾ, ਅਤੇ ਜਦੋਂ ਵੀ ਇਸ ਸਥਾਨ ਤੋਂ ਸੱਦਾ ਆਉਂਦਾ, ਭਾਵੇਂ
ਸਾਨੂੰ ਇੱਕ ਦਿਨ ਪਹਿਲਾਂ ਸੱਦਾ ਆਇਆ, ਮੈਂ ਕਿਹਾ ਗੁਰਮੁਖ ਪਿਆਰੇ ਕਹਿ ਰਹੇ ਸੀ ਵੀ ਇੱਕ ਦਿਨ ਪਹਿਲਾਂ, ਮੈਂ ਕਿਹਾ ਸਾਡੇ ਅੰਦਰ ਪਿਆਰ ਐਸਾ ਆ ਤੁਹਾਨੂੰ ਨਹੀਂ ਪਤਾ, ਜੇ ਪਟਿਆਲੇ ਦੇ ਲਾਗੇ ਹੋਈਏ ਤੇ ਇੱਕ ਘੰਟਾ ਪਹਿਲਾਂ ਵੀ ਕਹਿ ਦੇਣਾ ਸੀ ਤਾਂ ਵੀ ਇੱਥੇ ਆ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਇਹ ਪਿਆਰ ਦਿਖਾਵੇ ਦਾ ਨਹੀਂ ਆ ਵੀ ਸਾਨੂੰ ਮਹੀਨਾ ਪਹਿਲਾਂ ਦੱਸੋ, ਦੋ ਮਹੀਨਾ ਪਹਿਲਾਂ ਦੱਸੋ, ਡੈਰੀ ਵਿੱਚ ਵਿਹਲ ਹੋਵੇ ਪਰ ਫਿਰ ਵੀ ਅਸੀਂ ਸਮਾਂ ਕੱਢ ਕੇ, ਕਿਉਂ ਇਹ ਅਸਥਾਨ ਨਾ ਕੇਵਲ ਅਸੀਂ ਕੀਰਤਨ ਕਰਨ ਆਈਦਾ। ਮੈਂ ਬਹੁਤ ਛੋਟਾ ਸੀ, 15 ਕੁ ਸਾਲ ਦੀ ਉਮਰ ਸੀ ਜਦੋਂ ਬਾਬਾ ਜੀ ਤੋਂ ਪਹਿਲਾਂ ਮਹਾਂਪੁਰਸ਼ ਬਾਬਾ ਬੰਦ ਸਿੰਘ ਜੀ ਮਹਾਰਾਜ, ਕਿਉਂਕਿ ਮੇਰੀ ਰਸਨਾ ਤੇ ਬਾਰ ਬਾਰ ਬਾਬਾ ਕਿਰਪਾਲ ਸਿੰਘ ਜੀ ਦਾ ਨਾਂ ਆ ਰਿਹਾ ਸੀ। ਬਾਬਾ ਬੰਦ ਸਿੰਘ ਜੀ ਮਹਾਰਾਜ ਜੀ ਬੜਾ ਪਿਆਰ ਕਰਦੇ ਸੀ, ਭੁਚੰਗੀ ਸਿੰਘ ਕਹਿ ਕੇ ਥਾਪੜਾ ਦੇ ਕੇ ਕਹਿੰਦੇ ਸੀ ਕੀਰਤਨ ਕਰ। ਹੋਰ ਕਈ ਵਾਰ ਬਾਬਾ ਜੀ ਨੇ ਨਹੀਂ ਆਉਣਾ ਪਿਤਾ ਜੀ ਨੇ ਤੇ ਪਹਿਲੇ ਭੇਜ ਦੇਣਾ, ਤੇ ਬਾਬਾ ਜੀ ਨੇ ਬਹੁਤ ਆਸ਼ੀਰਵਾਦ ਦਿੱਤਾ। ਉਹਦੇ ਹੀ ਸਦਕਾ, ਉਹੀ ਆਸ਼ੀਰਵਾਦ, ਉਹੀ ਉਹਨਾਂ ਦੀਆਂ ਅਰਦਾਸਾਂ ਸਦਕਾ ਜੋ ਉਹਨਾਂ ਨੇ ਕੀਤੀਆਂ ਤੇ ਅੱਜ ਤੁਹਾਡੇ ਸਾਹਮਣੇ ਕੀਰਤਨ ਕਰ ਰਹੇ ਹਾਂ। ਸੋ ਇਹ ਅਸੀਸਾਂ ਲੈਣ ਲਈ ਇਸ ਸਥਾਨ ਤੇ ਪਹੁੰਚਦੇ ਹਾਂ ਤੇ ਬਾਬਾ ਜੀ ਕਿਰਪਾ ਕਰਨ, ਸਾਨੂੰ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਭਜਨ ਬੰਦਗੀ ਦੀ ਦਾਤ ਬਖਸ਼ਣ। ਗੱਜ ਵੱਜ ਕੇ ਬੋਲੋ ਨਾਨਕ ਨਾਮ। ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਆਰ ਵਿੱਚ ਦੋ ਪੰਕਤੀਆਂ ਪੜ੍ਹਨ ਲੱਗਿਆ ਦਾਸ। ਧੰਨ ਗੁਰੂ ਨੌਵੇਂ ਪਾਤਸ਼ਾਹ ਤੇਰੇ ਚਰਨਾਂ ਵਿੱਚ ਨਮਸਕਾਰ ਹੈ। ਧੰਨ ਗੁਰੂ ਨੌਵੇਂ ਪਾਤਸ਼ਾਹ ਤੇਰਾ ਕੋਈ ਨਸਨੀ ਕੌਮ ਨੂੰ ਜਿਉਂਦਾ ਕਰ ਗਈ ਤੇਰੀ ਧੰਨ ਕੁਰਬਾਨੀ। ਧੰਨ ਗੁਰੂ ਨੌਵੇਂ ਪਾਤਸ਼ਾਹ ਤੇਰਾ ਕੋਈ ਨਸਨੀ ਕੌਮ ਨੂੰ ਜਿਉਂਦਾ ਕਰ ਗਈ ਤੇਰੀ ਧੰਨ ਕੁਰਬਾਨੀ। ਆਈਏ ਤੇ ਸੀ ਪਿਆਰ ਨਾਲ ਇੱਥੇ ਚੱਲ ਕੇ, ਆਏ ਸੀ ਕਦੀ ਕਸ਼ਮੀਰ ਤੋਂ ਪੰਡਿਤ ਚੱਲ ਕੇ, ਜਦ ਪਾਵਨ ਚੱਲ ਕਸ਼ਮੀਰ ਚੋਂ ਅਨੰਦਪੁਰ ਆਏ ਸ਼ਰਨੀਆਂ ਆਏ ਜੋ ਚੱਲ ਕੇ ਗੁਰਾ ਕੰਠ ਲਗਾਏ। ਬਾਹਮਣ ਆਏ ਸੀ ਨਾ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ, ਜਦ ਬਾਹਮਣ ਚੱਲ ਕਸ਼ਮੀਰ ਚੋਂ ਅਨੰਦਪੁਰ ਆਏ ਸ਼ਰਨੀਆਂ ਆਏ ਜੋ ਚੱਲ ਕੇ ਗੁਰਾ ਕੰਠ ਲਗਾਏ। ਬੜੀ ਟੈਨਸ਼ਨ ਲੈ ਕੇ ਆਏ ਸੀ, ਮਹਾਰਾਜ ਸਾਡਾ ਧਰਮ ਮੁੱਕ ਚੱਲਿਆ, ਮਹਾਰਾਜ ਸਾਡੀ ਚਿੰਤਾ ਦੂਰ ਕਰੋ। ਮੁੱਕ ਗਈ ਕਿਰਪਾ ਰਾਮ ਦੀ, ਕਿਰਪਾ ਰਾਮ ਪੰਡਿਤ ਦੀ ਪਰੇਸ਼ਾਨੀ। ਮੁੱਕ ਗਈ ਕਿਰਪਾ ਰਾਮ ਦੀ ਸਾਰੀ ਪਰੇਸ਼ਾਨੀ ਕੌਮ ਨੂੰ ਜਿਉਂਦਾ ਕਰ ਗਈ ਤੇਰੀ ਧੰਨ ਕੁਰਬਾਨੀ। ਧੰਨ ਗੁਰੂ ਨੌਵੇਂ ਪਾਤਸ਼ਾਹ ਤੇਰਾ ਕੋਈ ਨਸਾਨੀ ਕੌਮ ਨੂੰ ਜਿਉਂਦਾ ਕਰ ਗਈ ਤੇਰੀ ਧੰਨ ਕੁਰਬਾਨੀ। ਅੱਜ ਵੀ ਉਹ ਦਿੱਲੀ ਚਾਂਦਨੀ ਚੌਂਕ ਉਹੀ ਰੋਡ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗਏ ਉਹੀ ਰੋਡ ਸੀ, ਵਾਪਸੀ ਵਿੱਚ ਸੀਸ ਲੈ ਕੇ ਆਏ ਭਾਈ ਜੈਤਾ ਜੀ ਉਹੀ ਰੋਡ ਸੀ, ਉਹੀ ਰੋਡ ਸੀ ਜਦੋਂ ਸਾਧ ਸੰਗਤ ਬੰਦਾ ਸਿੰਘ ਬਹਾਦਰ ਗਿਆ, ਜਦੋਂ ਉਹੀ ਰੋਡ ਸੀ ਬਾਬਾ ਬਘੇਲ ਸਿੰਘ ਨੇ 18 ਵਾਰ ਦਿੱਲੀ ਫਤਿਹ ਕੀਤੀ। ਅੱਜ ਉਹੀ ਰੋਡ ਹੈ ਜਿੱਥੇ ਕਿਸਾਨੀ ਮੋਰਚਾ ਲੱਗਿਆ ਹੋਇਆ। ਮਹਾਰਾਜ ਜੀ ਇਹ ਚਾਂਦਨੀ ਚੌਂਕ ਦਾ ਸਮਾਂ, ਇਹ ਅੱਜ ਜਨੇਊ ਨਾ ਹੁੰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਨਾ ਹੁੰਦੇ। ਜਦੋਂ ਚੌਂਕ ਚਾਂਦਨੀ ਵਿੱਚ ਸੀ ਪੈ ਗਿਆ ਹਨੇਰਾ ਤਦ ਪਾਇਆ ਨੌਵੇਂ ਪਾਤਸ਼ਾਹ ਦਿੱਲੀ ਵੱਲ ਫੇਰਾ ਤਦ ਪਾਇਆ ਨੌਵੇਂ ਪਾਤਸ਼ਾਹ ਦਿੱਲੀ ਵੱਲ ਫੇਰਾ ਸ਼ਾਂਤ ਸ਼ਹੀਦੀ ਪਾ ਗਿਆ ਸਤਿਗੁਰੂ ਬ੍ਰਹਮ ਗਿਆਨੀ ਕੌਮ ਨੂੰ ਜਿਉਂਦਾ ਕਰ ਗਈ ਤੇਰੀ ਧੰਨ ਕੁਰਬਾਨੀ।
ਧੰਨ ਗੁਰੂ ਨੌਵੇਂ ਪਾਤਸ਼ਾਹ ਤੇਰਾ ਕੋਈ ਨਸਾਨੀ ਕੌਮ ਨੂੰ ਜਿਉਂਦਾ ਕਰ ਗਈ ਤੇਰੀ ਧੰਨ ਕੁਰਬਾਨੀ ਸੀਸ ਅਨੰਦਪੁਰ ਰਹਿ ਗਿਆ ਦਰ ਕਿਤੇ ਛੁਪਾਇਆ ਦਸ ਦਿੱਲੀ ਦਿਆ ਹਾਕਮਾ ਤੇਰੇ ਕੀ ਹੱਥ ਆਇਆ ਇਹ ਲਾਨਤਾਂ ਇਹਨਾਂ ਨੂੰ ਵੀ ਪੈਣੀਆਂ ਮੋਦੀ ਸਰਕਾਰ ਨੂੰ ਇਹਨਾਂ ਨੂੰ ਵੀ ਪੈਣੀਆਂ ਨੇ ਜਿੱਦ ਕਰਕੇ ਬੈਠੇ ਨੇ ਜਿੱਦ ਕਰਕੇ 300 ਤੋਂ ਵੱਧ ਸ਼ਹੀਦੀਆਂ ਹੋ ਗਈਆਂ ਨੇ ਪਰ ਹਜੇ ਵੀ ਮੰਨਣ ਨੂੰ ਤਿਆਰ ਨਹੀਂ ਹੈ ਔਰੰਗਜ਼ੇਬ ਵੀ ਏਦਾਂ ਦਾ ਹੀ ਸੀ ਕਹਿੰਦਾ ਮੈਂ ਨਹੀਂ ਮੰਨਦਾ ਮਹਾਰਾਜ ਨੇ ਕਿਹਾ ਸੀ ਸੀਸ ਅਨੰਦਪੁਰ ਰਹਿ ਗਿਆ ਦਰ ਕਿਤੇ ਛੁਪਾਇਆ ਦਸ ਦਿੱਲੀ ਦਿਆ ਹਾਕਮਾ ਤੇਰੇ ਕੀ ਹੱਥ ਆਇਆ ਕੀ ਦੁਸ਼ਟਾਂ ਨੇ ਖੱਟਿਆ ਕਰਕੇ ਮਨਮਾਨੀ ਕੌਮ ਨੂੰ ਜਿਉਂਦਾ ਕਰ ਗਈ ਤੇਰੀ ਧੰਨ ਕੁਰਬਾਨੀ ਧੰਨ ਗੁਰੂ ਨੌਵੇਂ ਪਾਤਸ਼ਾਹ ਤੇਰਾ ਕੋਈ ਨਸਾਨੀ ਕੌਮ ਨੂੰ ਜਿਉਂਦਾ ਕਰ ਗਈ ਤੇਰੀ ਧੰਨ ਕੁਰਬਾਨੀ ਇੱਕ ਵਾਰੀ ਸਾਰੇ ਬੋਲੇ ਧੰਨ ਗੁਰੂ ਨੌਵੇਂ ਪਾਤਸ਼ਾਹ ਤੇਰਾ ਕੋਈ ਨਸਾਨੀ ਕੌਮ ਨੂੰ ਜਿਉਂਦਾ ਕਰ ਗਈ ਤੇਰੀ ਧੰਨ ਕੁਰਬਾਨੀ ਸੰਗਤ ਬੋਲੇ ਧੰਨ ਗੁਰੂ ਨੌਵੇਂ ਤੇਰਾ ਕੋਈ ਨਸਾਨੀ ਕੌਮ ਨੂੰ ਜਿਉਂਦਾ ਕਰ ਗਈ ਤੇਰੀ ਧੰਨ ਕੁਰਬਾਨੀ ਧੰਨ ਗੁਰੂ ਨੌਵੇਂ ਪਾਤਸ਼ਾਹ ਤੇਰਾ ਕੋਈ ਨਸਾਨੀ ਕੌਮ ਨੂੰ ਜਿਉਂਦਾ ਕਰ ਗਈ ਤੇਰੀ ਧੰਨ ਕੁਰਬਾਨੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜੀਵਨ ਬੱਚਿਆਂ ਰਾਗ ਰਤਨ ਪੁਰਵਾਰ ਭਰੀਆਂ ਸ਼ਬਦ ਦਾ ਬਣਿਆਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੂੰ ਕਰੋ ਹਰਨਾਮੇ ਰੋ ਤੂੰ ਮਨ ਮੇਰੇ ਰੂਪ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸੁਆਨਾ ਸਭ ਮੰਗਲਾ ਸਮਰੱਥ ਸੁਆਮੀ ਸੋਹਣ ਮਨੋ ਸਾਰੇ ਤੇ
ਹੁੰਦਾਈ ਦਾਇਆ ਕਿਨੇ ਸਗਨ ਸਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੀ ਕਿਨੇ ਗੇ ਸੰਦੂਰ ਜਿਨੀ ਨਾਮ ਦਿਆ ਤੇ ਮੁਸਕਤ ਕੀਤੀ ਚੁੱਕੀ ਨਾਲ ਨਾਨਕ ਨਾਮ ਚੜ੍ਹਦੀ ਕਲਾ ਥਾਣੇ ਜਗਵਾ ਦਾ ਫਲਾ तुम मात पिता हम बारक तेरे तुमरी कृपा महसू कोई न जाने तुमरा अंत उचेते सगल समगरी तुमरे सूत्र तारी तुम ते हो सो ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਦੁਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਕਹੋ ਨਾਨਕ ਸਭ ਤੇਰੀ ਨਾਨਕ ਲਈ ਧਿਆਏ ਤੇਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਾ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ
श्री अमृतसर साहिब जी के दर्शन इशनान चौकियां झंडे बूंगे जुगो जुग अटल धर्म का जयकार बोलो जे सिखा दा मन नीवा मत उची मत पत दा राखा आप वाहिगुरु हे अकाल पुरख अपने पंथ दे सदा सहाई दातार जियो श्री ननकाणा साहिब ते होर गुरद्वारियां गुरधामां दे जिन्हां तों पंथ नूं विछोड़िया गया है खुले दर्शन दीदार ते सेवा संभाल दा दान खालसा जी नूं बख्शो हे निमाणिया दे मान नेताणिया दे तान ने ओटिया दी ओट धन धन साहिब श्री गुरु ग्रंथ साहिब जी महाराज आप जी दे हजूर सच्चे पातशाह अरदास बेनतियां जोदड़िया ने सतगुरु जी आप जी ने महान किरपा रहमत कीती है धन धन श्री गुरु तेग बहादुर साहिब जी दे 400 साल अस्तावधी नूं समर्पित ते श्रीमान संत बाबा किरपाल सिंह जी छन्ना वालियां दी 81वीं बरसी नूं मनाउंदियां 41 दिनां तों 6वें जप तप समागम आरंभ हन सतगुरु सच्चे पातशाह जीओ कई रोज तो श्री अखंड पाठ साहब आरंभ हन सच्चे पातशाह इस टाइम दो श्री अखंड पाठ साहब जिन्हां दे संपूर्ण भोग पाए गए जिन्हां दी सेवा भाई जोधा सिंह पिंड बोहा समूह परिवार अपने सपुत्र दी जन्म दी खुशी विच सच्चे पातशाह दूसरे श्री अखंड पाठ साहब दी सेवा मास्टर सिंदर सिंह कातरो समूह परिवार वालों की गई सच्चे पातशाह जीओ ते आप जी दियां इलाके दियां संगतां वल्लों जो 6वां जप तप समागम सच्चे पातशाह जीओ जिहदे विच समूह संगतां वल्लों श्री जप जी साहिब जी दे 59,386 पाठ मूल मंत्र दे 1,69,917 जाप होए पातशाह वाहिगुरू मंत्र दे सच्चे पातशाह जीओ 18,29,920 जाप होए श्री सुखमनी साहब जी दे 83 जाप चौपई साहब दे 783 जाप सच्चे पातशाह उपरंत सच्चे पातशाह जी महापुरशां वल्लों आप जी दी पावन हजूरी विच सच्चे पातशाह शब्द कीर्तन कथा वख्यान होया सच्चे पातशाह जी समुची सेवा निभाउंदियां कोलों एक नहीं अनेक प्रकार दियां त्रुटियां अखर वध घट हो जांदी है महाराज बख्श लैणी अगे नूं सुमत बख्शणी सच्चे पातशाह जी पाठी सिंघां नूं शुद्ध बाणी पढ़न दी संगतां नूं शुद्ध जाप करन दी सच्चे पातशाह जी महापुरशां नूं सच्चे पातशाह जी गुरबाणी दे शब्द कीर्तन वख्यान करन दी सुमत बख्शणी महाराज सच्चे पातशाह पढ़ी बाणी जाप दा भाव सच्चे पातशाह समूह संगतां ते दासरियां दे हिरदियां ते वसाउणा महाराज दरों घरों नाम दी दात सिखी सिदक भरोसा दान बख्शणा संगतां दा चलिया होया कदम कदम लेखे विच लाउणा शुभ भावनावां संपूर्ण करनियां सच्चे पातशाह जीओ अंग संग सहाई होना दुखां दलिद्रां कलेसां दे नास भजन दे प्रताप करने रहमतां बख्शणियां सतगुरु पातशाह तेग बहादुर सिमरे है घर नौ निध आवै ताए सब थाई होए सहाए सब थाई होए सहाए सतगुरु पातशाह धन धन गुरु तेग बहादुर साहब महाराज सच्चे पातशाह जी समूह संगतां दे सीसां ते मेरा भरिया हथ रखना महाराज सच्चे पातशाह जीओ रहमतां बरताउणियां अंग संग सहाई होना महाराज सच्चे पातशाह जी जितनियां भी संगतां तिल फुल भेटावां लै के आप जी दी पावन हजूरी विच हाजर होईयां ने समूह संगतां दियां हाजरियां दर भेटावां दर ते प्रवान करनियां महाराज सच्चे पातशाह श्रीमान संत बाबा बलजीत सिंह जी दे सीस ते मेरा भरिया हथ रख के इसे तरह बल उद्यम बख्शदे रहना महाराज सच्चे पातशाह जी अस्थाना दियां चढ़दियां कला करनियां अंग संग सहाई होना
रहमतां वरतौणियां महाराज सच्चे पातशाह जी सेवकां वल्लों आप जी नूं सुंदर रुमाले पहनाए गए अंगीकार करने लोक परलोक विच पढ़दे कजणे महाराज जी आप जी दी पावन हजूरी विच पंचामृत कड़ा प्रसाद सज के हाजर है दर परवान होवे परवानिया प्रसाद संगत विच वरताउण दी आग्या जो छके सतनाम श्री वाहिगुरु नाम जपे सतगुरु जी करो किरपा पावन हुक्मनामे दी बख्शिश करके निहाल करो जी सही प्यारे मेल जिना मिलिया तेरा नाम चेते आवै सिख पढ़दे सुनदे सरबत लाहे बंद होवन नानक नाम वाहेगुरु जी का खालसा वाहेगुरु जी की फतेह दोहरा आग्या भई अकाल की सब सिखन को हुक्म है गुरु मान्यो गुरु ग्रंथ जी मान्यो प्रगट गुरां की जो प्रभ को मिल बोच है खोज शब्द में राज करेगा खालसा की खुआर होए सब मिलेंगे बचे शरण जो वाहिगुरु नाम जहाज है चढ़े सोतरे जो शरदा कर सेव दे गुर पार जो शरदा कर सेव दे गुर पार बोले वाहेगुरु जी का खालसा वाहेगुरु जी की सतनाम श्री वाहिगुरु साहिब जी धन 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 जन आया जिस प्रसाद सब जगत तराया जाने आवन का यह सुआओ जन कै संग चेते आवे नाओ आप मुकत मुकत करे संसार नानक तिस जन को सदा नमस्कार प्रगट भए गुर तेग बहादुर सगल सृष्ट पै टापी चादर तेग बहादुर सिमरे है कर नौ निद्या वै ताए सब थाई होए सहाय सब थाई होए सहाय सुखा टल गुर सेवी अहनिस सहज सुपाए दर्शन परसे है गुरु के जन्म मरण दुख सज्जन सच्चा पातशाह सिर सांद साहो जिस पास बैठे आ सो ही है
सबना दा वेसा हो वै सिफत खसमदी नूर अर सौ कुर सौ चटी है तुद डिठे सचे पातशाह मल जन्म जन्म दी कटी है सतनाम श्री वाहे गुरु साहेब जी सोरठ महला पंजवा गुरपूरै कीती पूरी प्रभ रब रहिया पर पूरी खेम कुशल भया इशनाना पार ब्रह्म विटहो कुर्बाना गुरपूरै कीती पूरी प्रभ रव रहिया पर पूरी खेम कुशल पया इशनाना पार ब्रह्म विटहो कुर्बाना गुर के चरण कवल रिद तारे विघन न लागे तिल का कोई कारज सगल सवारे रहाओ मिल साधु दुर मत खोए पतत पुनीत सब होए रामदास सरोवर नाते सब लाथे पाप कमाते गुण गोबिंद नित गाइए साध संग मिल त्याइए मन बांछत फल पाए गुर पूरा हृदय त्याए गुर गोपाल आनंदा जप जप जीवै परमानंदा जन नानक नाम ते आया प्रभ अपना बिरद रखाया गुर गोपाल आनंदा जप जप जीवै परमानंदा जन नानक नाम ते आया प्रभ अपना बिरद रखाया वाहे गुरु जी का खालसा वाहे गुरु जी की फतेह सतनाम
श्री वाहे गुरु साहिब जीओ सतनाम श्री वाहे गुरु साहिब जीओ ज्ञान ध्यान किश कर में ना जाना सार ना जाना तेरी सब ते बड़ा सतगुर नानक जिन कल राखी मेरी सतनाम श्री वाहे गुरु साहिब जियो सोरठ महला नौमा मन रे प्रभ की शरण विचारो जय सिमरत गन कासी उधरी ताको जस उर तारो मन रे प्रभ की शरण विचारो जय सिमरत गन कासी उधरी ताको जस उर तारो रहाओ अटल पयो त्रू जाकै सिमरण आर निरपै पद पाया दुख हरता एह बिद को स्वामी तै काहे बिसराया जब ही शरण गई कृपा निध गज गराते छूटा महिमा नाम कहा लो वरनो राम कहत बंधन ते टूटा अजामल पापी जग जाने निमख माहे निस्तारा नानक कहत चेत चिंता मन तै पी उतर है पारा अजामल पापी जग जाने निमख माहे निस्तारा नानक कहत चेत चिंता मन तै पी उतर है पारा वाहिगुरु जी का खालसा वाहिगुरु जी की फतेह।